ਤਰਾ ਪਿਆਰਿਆਂ ਨੂੰ ਚੰਨ ਤੇ ਸਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਦਾ ਬਹੁਤ-ਬਹੁਤ ਸਵਾਗਤ ਕਰਨਾ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਰੋਡ ਟ੍ਰਿਪ 2021 ਚੱਲ ਰਿਹਾ ਹੈ तकरीबन ਆਖਰੀ ਪੜਾਅ ਤੇ ਹੈਗਾ ਦੋ ਦਿਨ ਬਾਅਦ ਅਸੀਂ ਇਹ तकरीबन ਪਹੁੰਚ ਜਾਾਂਗੇ ਜੀ ਸਟੂਡੀਓ ਆਪੋ ਆਪਣੀ ਜਗ੍ਹਾ ਤੇ ਅੱਜ ਦਾ ਪ੍ਰੋਗਰਾਮ ਵੀ ਅਸੀਂ ਇੰਡੀਅਨ ਐਪਲਸ ਤੋਂ ਹੀ ਪੇਸ਼ ਕਰ ਰਹੇ ਹਾਂ ਔਰ ਜਦੋਂ ਅਸੀਂ ਬਾਹਰ ਟੂਰ ਤੇ ਹੁੰਨੇ ਆ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਵੱਖ-ਵੱਖ ਮਹਿਮਾਨਾਂ ਨੂੰ ਤੁਹਾਡੇ ਰੂਬਰੂ ਕਰੀਏ ਰਾਤੀ ਜਿਵੇਂ ਪ੍ਰੋਗਰਾਮ ਸਾਡੇ ਦਰਸ਼ਕਾਂ ਨੇ ਦੇਖਿਆ ਹੋਵੇਗਾ ਸਾਊਥ ਬੈਂਡ ਤੋਂ ਮਿਸ਼ਵਾਕਤ ਪ੍ਰੋਗਰਾਮ ਕੀਤੇ ਸੀਗੇ ਤੇ ਉਹ ਵੀ ਕਾਫੀ ਬਹੁਤ ਵਧੀਆ ਸਾਨੂੰ ਫੀਡਬੈਕ ਆਈ ਖਾਸ ਤੌਰ ਤੇ ਫੀਡਬੈਕ ਜਿਹੜੀ ਇਹ ਆਉਂਦੀ ਆ ਵੀ ਜਿਹੜੇ ਮਹਿਮਾਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਉਹਨਾਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੀ ਸਾਨੂੰ ਅਪਰੋਚ ਕਰਦੇ ਨੇ ਪ੍ਰੋਗਰਾਮ ਕਰਾਉਣ ਲਈ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਨਾਲ ਦੀ ਨਾਲ ਸਾਨੂੰ ਫੋਨ ਆ ਜਾਂਦੇ ਨੇ ਨਾਲ ਦੀ ਨਾਲ ਮਹਿਮਾਨ ਨੂੰ ਫੋਨ ਆ ਜਾਂਦੇ ਨੇ ਕਈ ਕਿੰਨੇ ਕਿੰਨੇ ਜਦੋਂ ਟੀਵੀ ਤੇ ਦੇਖਦੇ ਨੇ ਵੀ ਆਜ ਦੇਖੋ ਜੀ ਆਪਾਂ ਅਸੀਂ ਤੁਹਾਡੇ ਪਿੰਡੋਂ ਬੋਲਦੇ ਆ ਫਲਾਣੇ ਤੇ ਆਪ ਤੁਹਾਨੂੰ ਟੀਵੀ ਤੇ ਦੇਖਿਆ ਤਾਂ ਬੜਾ ਵਧੀਆ ਲੱਗਦਾ ਸੋ ਸਾਰਾ ਰਲ ਮਿਲਿਆ ਪ੍ਰੋਗਰਾਮ ਜਿਹੜਾ ਤੁਸੀਂ ਦੇਖ ਰਹੇ ਹੋ ਪਿਛਲੇ ਕਾਫੀ ਦਿਨਾਂ ਤੋਂ ਅਜਿਹਾ ਪ੍ਰੋਗਰਾਮ ਵੀ ਬਹੁਤ ਹੀ ਇੰਟਰਸਟਿੰਗ ਹੋਏਗਾ ਬਹੁਤ ਵਧੀਆ ਹੋਏਗਾ ਕਿਉਂਕਿ ਜਿਹੜੇ ਮੇਰੇ ਨਾਲ ਮਹਿਮਾਨ ਜੁੜੇ ਨੇ ਅੱਜ ਇਥੋਂ ਉਹ ਮਲਟੀ ਟੈਲੈਂਟਡ ਨੇ ਅਸੀਂ ਕਹਿ ਸਕਦੇ ਹਾਂ ਬਿਜ਼ਨਸ ਤਾਂ ਉਹ ਕਰਦੇ ਕਰਦੇ ਨੇ ਕਮਕਾਰ ਸਾਰੀ ਇਹ ਇਧਰ ਕਰਦੇ ਨੇ ਟਰਕਿੰਗ bizness ਦੇ ਵਿੱਚ ਹੈਗੇ ਨੇ ਵੈਸੇ ਉਹ ਪਰ ਉਦਾਂ ਅਗਰ ਅਸੀਂ ਗੱਲ ਕਰੀਏ ਤਾਂ ਉਹ ਇਹ ਪਹਿਲੇ ਇੰਡੀਅਨ ਨੇ ਪਹਿਲੇ ਭਾਰਤੀ ਨੇ ਜਿਹੜੇ ਇੱਥੇ ਆਫੀਸ਼ੀਅਲੀ ਸਿਲੈਕਟ ਹੋਏ ਨੇ ਡਿਪਾਰਟਮੈਂਟ ਆਫ ਟ੍ਰਾਂਸਪੋਰਟ ਦੇ ਵਿੱਚ ਤੇ ਨਾਲ ਦੀ ਨਾਲ ਉਹ ਚੇਅਰਮੈਨ ਵੀ ਨੇ ਇੰਡੀਆਨਾ ਡਾਈਵਰਸ ਟਰੱਕਰਜ਼ ਐਸੋਸੀਏਸ਼ਨ ਦੇ ਔਰ ਤੀਜੀ ਅਗਰ ਗੱਲ ਕਰੀਏ ਤਾਂ ਐਂਟਰਟੇਨਮੈਂਟ ਦੇ ਨਾਲ ਵੀ ਉਹਨਾਂ ਦਾ ਲੰਬਾ ਸਬੰਧ ਰਿਹਾ ਤੇ ਅੱਜ ਕੱਲ ਵੀ ਉਹ ਨਾਲ ਨਾਲ ਐਂਟਰਟੇਨਮੈਂਟ ਦੇ ਵਿੱਚ ਜਾਨੀ ਕਿ ਚਾਹੇ ਅਸੀਂ ਫਿਲਮਾਂ ਦੀ ਗੱਲ ਕਰ ਲਈਏ ਚਾਹੇ ਅਸੀਂ ਵੈਸੇ ਕੋਈ ਐਂਟਰਟੇਨਮੈਂਟ ਗੱਲ ਕਰ ਲਈਏ ਉਹ ਬਕਾਇਦਾ ਇਨਵੋਲਵ ਰਹਿੰਦੇ ਨੇ ਬਹੁਤ ਹੀ ਪਿਆਰੇ ਹੈਗੇ ਹਰਿਆਣੇ ਤੋਂ ਨੇ ਸੁਧਾਰਥ ਮਹੰਤ ਸਾਹਿਬ ਸਾਡੇ ਨਾਲ ਜੁੜੇ ਨੇ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਸਤਿਕਾਰ ਜੀ ਸਵਾਗਤ ਤੁਹਾਡਾ ਬਹੁਤ-ਬਹੁਤ ਜੀ ਸ਼ੁਕਰੀਆ ਜੀ ਮੈਂ ਜਦੋਂ ਪਹਿਲਾਂ ਨਾਮ ਤੁਹਾਡਾ ਸੁਣਿਆ ਮੈਨੂੰ ਦੱਸਿਆ ਜਿੰਮੀ ਬਰਾੜ ਨੇ ਵੀ ਸੁਧਾਰਥ ਮਹੰਤ ਜੀ ਆ ਰਹੇ ਆ ਜੀ ਤੇ ਪਹਿਲਾਂ ਮੇਰੇ ਮਾਈਂਡ ਦੇ ਵਿੱਚ ਪਿਕਚਰ ਨਹੀਂ ਜਿਵੇਂ ਬਣਦੀ ਬੰਦੇ ਦੀ ਲੈਕਚਰ ਮੇਰੇ ਮਾਈਂਡ ਦੇ ਵਿੱਚ ਬਣੀ ਸੀ ਹੋਰ ਵੀ ਏਜ ਹੋਣਗੇ ਜਿੱਦਾਂ ਜਾਂ ਮਤਲਬ ਹਰਿਆਣਾ ਤੋਂ ਜਿਵੇਂ ਦੱਸਿਆ ਪਰ ਜਦੋਂ ਹੁਣ ਤੁਹਾਨੂੰ ਮਿਲੇ ਆ ਦੇਖਿਆ ਤੇ ਬਿਲਕੁਲ ਹੀ ਉਲਟ ਹੈਗੇ ਔਰ ਪੈਂਦੀਆਂ ਪ੍ਰਭਾਵ ਸੁੱਖਾ ਜੀ ਇਹੀ ਪੈਂਦਾ ਨਾ ਇਹਨਾਂ ਦਾ ਵੀ ਜਿਵੇਂ ਫਿਲਮ ਲਾਈਨ ਨਾਲ ਹੀ ਸਬੰਧਤ ਹੁੰਦੇ ਨੇ ਪ੍ਰੋਡਕਟ ਪ੍ਰੋਡਿਊਸਰ ਹੁੰਦੇ ਨੇ ਜਾਂ ਫਿਲਮਾਂ ਦੇ ਵਿੱਚ ਐਕਟਰ ਹੁੰਦੇ ਨੇ ਬਹੁਤ ਵਧੀਆ ਸਿਹਤ ਵੀ ਤੁਸੀਂ ਫਿੱਟ ਰੱਖੀ ਹੈ ਬੜੀ ਚੰਗੀ ਗੱਲ ਹੈ अच्छा जी ਗੱਲ ਕਿੱਥੋਂ ਸ਼ੁਰੂ ਕਰੀਏ ਗੱਲ ਆਪਾਂ ਸ਼ੁਰੂ ਕਰਦੇ ਆ ਟ੍ਰਕਿੰਗ ਇੰਡਸਟਰੀ ਤੋਂ ਕਰਦੇ ਆ ਜਿਹੜਾ ਅਸੀਂ ਹੌਲੀ-ਹੌਲੀ ਸਾਰੀ ਗੱਲ ਕਰਾਂਗੇ ਟ੍ਰਕਿੰਗ ਇੰਡਸਟਰੀ ਦਾ ਅੱਜ ਕੱਲ ਕੀ ਹਾਲ ਆ ਜਦ ਕਿ ਤੁਸੀਂ ਤੁਹਾਨੂੰ ਵੀ ਕਿ ਜਿਆਦਾ ਦੇਰ ਨਹੀਂ ਹੋ 6 ਸਾਲ ਹੋਏ ਇਸ ਲਾਈਨ ਦੇ ਵਿੱਚ ਹਾਂਜੀ 6 ਸਾਲ 6 ਸਾਲ ਟ੍ਰਕਿੰਗ ਇੰਡਸਟਰੀ ਦੇ ਵਿੱਚ ਹੋਏ ਨੇ ਜੀ ਤੇ 6 ਸਾਲਾਂ ਦੇ ਵਿੱਚ ਅਸੀਂ ਪਿਛਲੇ ਸਾਲ ਦੀ ਗੱਲ ਕਰਦੇ ਪਹਿਲਾਂ ਕੋਵਿਡ ਦੌਰਾਨ ਜੀ ਕੀ ਮਾਹੌਲ ਰਿਹਾ ਤੁਹਾਡਾ ਅਸਲ 'ਚ ਆਪਾਂ ਗੱਲ ਕਰਦੇ ਆ 2019 ਤੋਂ ਠੀਕ ਹੈ ਜੀ 2019 ਦਾ ਜਿਹੜਾ ਟਾਈਮ ਸੀ ਉਹ ਟ੍ਰਕਿੰਗ ਦੇ ਉੱਤੇ ਕਾਫੀ ਬੁਰਾ ਟਾਈਮ ਸੀਗਾ ਕੋਵਿਡ ਤੋਂ ਪਹਿਲਾਂ ਕੋਵਿਡ ਤੋਂ ਪਹਿਲਾਂ ਹਾਂ ਜੀ ਕੋਵਿਡ ਆਪਣੀ 2020 ਜਾ ਗਈ ਉਹਦੇ ਵਿੱਚ ਜੇ ਆਪਾਂ ਟਰਕਿੰਗ ਕੀਤੀ ਹੈ ਤਾਂ ਸਾਰਾ ਕੁਝ ਬਹੁਤ ਥੱਲੇ ਜਾ ਰਿਹਾ ਸੀਗਾ ਬ੍ਰੋਕਰਸ ਨੇ ਕਾਫੀ ਕੁਝ ਕੰਟਰੋਲ ਕੀਤਾ ਹੋਇਆ ਸੀਗਾ ਜੀ ਤੇ ਫਿਊਲ ਪ੍ਰਾਈਸ ਉੱਤੇ ਜਾ ਰਹੇ ਸੀਗੇ ਜੀ ਡਰਾਈਵਰ ਦੀ ਘਾਟ ਤਾਂ ਹਮੇਸ਼ਾ ਰਹੀ ਹੈ ਸਾਡੀ ਇੰਡਸਟਰੀ ਦੇ ਵਿੱਚ ਇਹ ਬਿਲਕੁਲ ਜੀ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਕੈਲੀਫੋਰਨੀਆ ਦੀ ਜਾਂ ਖਾਸ ਤੌਰ ਤੇ ਜੇ ਕਿਸੇ ਵੀ ਅਮਰੀਕਾ ਦੀ ਗੱਲ ਕਰ ਲਈਏ ਕਿ ਡਰਾਈਵਰ ਟਰੱਕਾਂ ਨੂੰ ਡਰਾਈਵਰ ਤੇ ਰੈਸਟੋਰੈਂਟ ਵਾਲਿਆਂ ਨੂੰ ਸ਼ੈਪ ਹੇ ਹੇ ਪਰ ਹਮੇਸ਼ਾ ਹੀ ਉਹ ਡਿਮਾਂਡ ਰਹਿੰਦੀ ਹੈ ਹਮੇਸ਼ਾ ਜੀ ਜੀ ਹਾਂਜੀ ਆਛਤ ਉਸ ਟਾਈਮ ਦੇ ਵਿੱਚ ਇੱਕ ਤਾਂ ਆਪਣਾ ਜਿਹੜਾ ਇੰਟਰਨੈਸ਼ਨਲ ਟ੍ਰੇਡ ਅਮਰੀਕਾ ਦੇ ਨਾਲ ਬੰਦ ਹੋ ਗਿਆ ਸੀਗਾ ਸ਼ਿਪਸ ਆਣੀਆਂ ਬੰਦ ਹੋ ਗਈਆਂ ਸੀ ਪ੍ਰੋਡਕਟਾਂ ਆਣਾ ਬੰਦ ਹੋ ਗਏ ਸੀ ਆਫਕੋਰਸ ਚਾਈਨਾ ਹੈਗਾ ਜੋ ਕਿ ਇੰਡੀਆ ਨੂੰ ਇੰਡੀਆ ਵੀ ਉਹਦੇ ਚ ਇੱਕ ਪਾਰਟਿਸਪੇਟ ਕਰਦਾ ਹੈਗਾ ਲੇਕਿਨ ਅਮਰੀਕਾ ਦਾ ਬਹੁਤ ਜ਼ਿਆਦਾ ਕੰਮ ਚਾਈਨੇ ਦੇ ਨਾਲ 올 ওভার 월드 체인 ਦੇ ਨਾਲ ਹੈਗਾ ਤੇ ਉਹ ਸ਼ਿਪਾਂ ਨੇ ਜਦੋਂ ਰੁਕ ਗਏ ਕਿਉਂਕਿ ਉਹਨਾਂ ਨੇ ਉਹਨਾਂ ਤੇ ਟੈਰਫ ਵਧਾਤਾ ਸੀਗਾ ਟੈਕਸ ਵਧਾਤੇ ਸੀਗੇ ਤਾਂ ਇੱਥੇ ਜਿਹੜੇ ਰੀਸੀਵਰ ਸੀ ਸ਼ਿਪਰ ਜਿਹੜੇ ਇੱਥੇ ਵਾਲੇ ਕਲਾਇੰਟ ਸੀ ਇਹ ਉਹਨਾਂ ਨੇ ਸਮਾਨ ਲੈਣ ਤੋਂ ਮਨਾ ਕਰ ਦਿੱਤਾ ਕਿਉਂਕਿ ਕੋਸਟ ਉੱਤੇ ਚੱਲ ਗਈ ਵੇਚਣਗੇ ਕਿਵੇਂ ਉਹਦੇ ਨਾਲ ਜਿਹੜੀ ਸਾਡੀ ਟਰਕਿੰਗ ਤੇ ਬਹੁਤ ਫਰਕ ਪਿਆ ਜਿਹੜਾ ਲੋਕਲ ਲੋਕਲ ਮਿੰਟ ਅਮਰੀਕਾ ਦੇ ਵਿੱਚ ਜਿਹੜਾ ਸਮਾਨ ਸੀਗਾ ਉਹਨਾਂ ਦੇ ਪ੍ਰਾਈਸਸ ਵੱਧ ਗਏ ਉਹਦੇ ਬਹੁਤ ਜ਼ਿਆਦਾ ਫਲਕਚੁਏਸ਼ਨ ਆਈ ਤਾਂ ਟਰਕਿੰਗ ਕੰਪਨੀਆਂ ਬਹੁਤ ਜ਼ਿਆਦਾ ਉਸ ਟਾਈਮ ਤੋਂ ਬੰਦ ਹੋਣ ਲੱਗੀਆਂ ਕਿਉਂਕਿ ਲੋਕ ਅਫੋਰਡ ਨਹੀਂ ਕਰ ਸਕਦੇ ਫਿਊਲ ਦੇ ਪ੍ਰਾਈਸ ਉੱਤੇ ਚਲੇ ਗਏ ਹਾਂਜੀ ਹਾਂਜੀ ਤੇ ਪ੍ਰੋਡਕਟ ਆ ਨਹੀਂ ਰਿਹਾਗਾ ਜੀ ਸੋ ਉਸ ਤੋਂ ਬਾਅਦ ਉਹ ਟਾਈਮ ਦੇ ਵਿੱਚ ਉਹ ਕਾਫੀ ਹਾਰਡ ਟਾਈਮ ਸੀ ਫਿਰ ਕੋਵਿਡ ਦਾ ਆ ਗਿਆ 2020 ਦਾ ਟਾਈਮ ਆ ਗਿਆ ਉਹਦੇ ਨਾਲ ਵੀ ਡਰਾਈਵਰ ਵੀ ਡਰਦੇ ਸੀਗੇ ਜੀ ਉਹ ਵੀ ਡਰੇ ਵੀ ਅਸੀਂ ਜਾਵਾਂਗੇ ਕਿਤੇ ਸ਼ਿਪਰ ਤੇ ਜਾਵਾਂਗੇ ਰਸੀਵਰ ਤੇ ਜਾਵਾਂਗੇ ਕੀ ਕੰਡੀਸ਼ਨਸ ਹੋਣਗੀਆਂ ਸੇਫਟੀ ਕਰਕੇ ਇਵਨ ਤੋਂ ਡਰਾਈਵਰਾਂ ਤੇ ਕਰੇਨਾ ਸੀਗਾ ਕੀ ਟਾਈਮ ਆ ਗਿਆ ਸੀ ਰੀਸੀਵਰਸ ਨੇ ਸ਼ਿਪਰਸ ਨੇ ਦਰਵਾਜ਼ਿਆਂ ਦੇ ਗੇਟ ਦੇ ਬਾਹਰ ਲਿਖਤਾ ਸੀ ਆ ਨੰਬਰ ਤੇ ਕਾਲ ਕਰੋ ਟਰੱਕ ਚ ਕੋਈ ਨਿਕਲੂਗਾ ਨਹੀਂ ரைਟ ਤੁਸੀਂ ਜਿਹੜਾ ਆ ਉਹ ਬੀਓਲ ਹੈਗੇ ਆ ਉਹਦੀ ਫੋਟੋ ਖਿੱਚ ਕੇ ਭੇਜੋ ਟਰੱਕ ਦੇ ਬਾਹਰ ਰੱਖ ਦਿਓ ਆਪਣੇ ਆਪ ਅਸੀਂ ਲੈ ਕੇ ਜਾਵਾਂਗੇ ਟਰੱਕ ਤੋਂ ਬੰਦਾ ਪੈਰ ਥੱਲੇ ਨਹੀਂ ਰੱਖ ਸਕਦਾ ਜੀ ਸੋ 2020 ਦਾ ਟਾਈਮ ਵੀ ਬਹੁਤ ਹਾਰਡ ਟਾਈਮ ਸੀਗਾ ਜੀ ਹੁਣ ਜਿਹੜਾ ਉਹ ਕਿਹਾ ਹੁਣ ਉਹ ਟੋਟਲੀ ਆਪੋਜ਼ਿਟ ਹੋ ਗਿਆ ਜੀ ਬਿਲਕੁਲ ਹੁਣ ਟਰਕਿੰਗ ਇੰਡਸਟਰੀ ਇਕਦਮ 2009 ਤੋਂ ਟੋਟਲੀ ਆਪੋਜ਼ਿਟ ਹੈ ਬਹੁਤ ਵਧੀਆ ਟਾਈਮ ਹੈ ਜ ਟ੍ਰਕਿੰਗ ਦਾ ਬਹੁਤ ਹੀ ਵਧੀਆ ਜਿਹਨੂੰ ਕਹਿੰਦੇ ਪਰ ਡਰਾਈਵਰਾਂ ਦੇ ਘਾਟਾ ਜ ਵੀ ਬਹੁਤ ਜ਼ਿਆਦਾ ਉਹੀ ਹੈਗਾ ਉਹੀ ਪ੍ਰੋਬਲਮ ਹੈਗੀ ਸਭ ਤੋਂ ਵੱਡੀ ਹੈਗੀ ਫਰੇਟ ਵੀ ਹੈਗਾ ਹੈਗਾ ਹਾਂਜੀ ਪੈਸਾ ਵੀ ਹੈਗਾ ਪਰ ਡਰਾਈਵਰ ਹੈ ਨਹੀਂਗਾ ਅੱਛਾ ਮੈਂ ਦੋਸਤ 19 ਜਿਹੜੀ ਤੁਸੀਂ ਗੱਲ ਕੀਤੀ ਉਹ ਤੋਂ ਮੈਨੂੰ ਵੀ ਮੈਨੂੰ ਯਾਦ ਆ ਸਾਡੇ ਬਹੁਤ ਸਾਰੇ ਦੋਸਤ ਪਤ ਰਹੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਟ੍ਰਕਿੰਗ ਇੰਡਸਟਰੀਸ ਸੰਬੰਧਿਤ ਹੈਗੇ ਉਹ ਤੋਂ ਛੋਟੀਆਂ ਕੰਪਨੀਆਂ ਤਕਰੀਬਨ ਬੰਦ ਹੀ ਹੋ ਗਈ ਸੀ ਲੋਕਾਂ ਨੇ ਆਪਣੀਆਂ ਕੰਪਨੀਆਂ ਜਿਹੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸੀ ਸ਼ਾਇਦ ਜੀ ਆਪਣੀਆਂ 2 2 ਤੋਂ ਲੈ ਕੇ 5 7 10 ਟਾ ਡਸ ਟਿੱਕਰ ਵੀ ਲਾ ਲ ਜਿਹਨਾਂ ਕੋਲ ਟਰੱਕ ਸੀਗੇ ਉਹ ਤਾਂ ਕੰਪਨੀਆਂ ਨੇ ਸੀ ਉਹ ਤਾਂ ਗਾਇਬ ਹੀ ਹੋ ਗਿਆ ਅੱਛਾ ਜੀ ਉਹਨਾਂ ਤਾਂ ਕਿਉਂਕਿ ਇੱਕਤਾਨੋ ਕੋਲ ਆਪਦੀ ਰਿਪੇਅਰ ਫੈਸਿਲਿਟੀ ਨਹੀਂ ਹੁੰਦੀ ਤੇ ਪਾਰਟਸ ਬਹੁਤ ਐਕਸਪੈਂਸਿਵ ਹੁੰਦੇ ਲੇਬਰ ਐਕਸਪੈਂਸਿਵ ਹੈਗੀ ਬਾਹਰੋਂ ਕੰਮ ਕਰਾਉਣਾ ਉਸ ਤੋਂ ਬਾਅਦ ਫਿਊਲ ਐਕਸਪੈਂਸਿਵ ਹੋ ਗਿਆ ਤੇ ਫਰੇਟ ਦੇ ਜਿਹੜੇ ਬ੍ਰੋਕਰ ਨੇ ਸੀ ਉਹਨਾਂ ਨੇ ਹੋਲਡ ਕਰ ਲਏ ਪੈਸੇ ਬ੍ਰੋਕਰਸ ਨੇ ਬਹੁਤ ਅੱچھے ਪੈਸੇ ਬਣਾਏ ਤੇ ਉਹਨਾਂ ਉਹ ਫਿਰ ਟਰੱਕਰਸ ਕੋਲੇ ਗਿਆ ਨਹੀਂ ਉਹ ਵਿਚਾਰੇ ਕੁਝ ਨਹੀਂ ਕਰ ਸਕਦੇ ਇੰਸ਼ੋਰੈਂਸ ਹਰ ਇੱਕ ਸਾਲ ਹੀ ਮਹਿੰਗੀ ਹੁੰਦੀ ਹੈ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਉਹਨਾਂ ਨੂੰ ਮਜੂਰੀ ਕਰਕੇ ਉਹਨਾਂ ਨੇ ਜਿੰਨਾ ਵੀ ਕੰਪਨੀਆਂ ਸੀਗੀਆਂ ਵਿਚਾਰੀਆਂ ਬੰਦ ਹੋ ਜਾਂ ਉਸ ਟਾਈਮ ਤੇ ਗਵਰਨਮੈਂਟ ਦੇ ਪਾਸੋਂ ਕੋਈ ਹੈਲਪ ਨਹੀਂ ਸੀ ਉਹ 2019 ਚ ਕੋਈ ਹੈਲਪ ਨਹੀਂ ਸੀ ਜੀ ਅੱਛਾ ਵੈਸੇ ਤਾਂ ਕਹਿੰਦੇ ਵੀ ਜਿੱਦਾ ਦਾਅ ਲੱਗਦਾ ਬੰਦਾ ਲਾਉਂਦਾ ਪਰ ਉਸ ਸਮੇਂ ਤੇ ਕਹਿੰਦੇ ਬਰੋਕਰਾਂ ਨੇ ਬੜਾ ਦਾਅ ਲਾਇਆ ਹਾਂਜੀ ਪੂਰਾ ਉਹਨਾਂ ਨੇ ਮਤਲਬ ਹਜ਼ਾਰ ਹਜ਼ਾਰ ਦੇ ਜਿਹੜੇ ਲੋਡ 1000 ਡਾਲਰ ਦਾ ਲੋਡ ਹੈ ਉਹ 2250 ਨੂੰ ਲੈਣਾ ਪਿਆ ਮਜਬੂਰੀ ਚ ਅਗਲੇ ਕਹਿੰਦੇ ਹੁਣ ਵੇਲੇ ਵੀ ਖੜੇ ਹੀ ਆ ਘਰੇ ਘੱਟੋ ਘੱਟ ਟਰੱਕ ਦਾ ਬਾਹਰ ਅੰਦਰ ਮੜਮਟਾ ਹੋਊਗਾ ਜਾਊਗਾ ਲੋਕਾਂ ਨੇ ਇਹ ਵੀ ਇਨੇ ਇੱਥੇ ਕਰ ਸੋਚ ਚਲੇ ਗਏ ਸੀ ਵੀ ਮੇਰੇ ਟਰੱਕ ਦੀ ਜੇ 2000 ਦੀ ਕਿਸ਼ਤ ਹੈ ਤੇ ਜੇ ਮੈਂ 1800 ਦੀ ਕਿਸ਼ਤ ਦੇ ਸਕਾਂ ਤਾਂ ਵੀ ਬਹੁਤ ਹੈ ਡਰਾਈਵਰ ਵੀ ਇਨੇ ਲੀਨਿਐਂਟ ਹੋ ਗਏ ਸੀ ਵੀ ਕੋਈ ਗੱਲ ਨਹੀਂ ਤੁਸੀਂ 2 ਮਹੀਨੇ ਧੱਕੇ ਪੇ ਨਾ ਸਾਨੂੰ ਕਰੋ ਬਸ ਸਾਨੂੰ ਟਰੱਕ ਚਲਾ ਲੈਣ ਦਿਓ ਜੇ ਹੋਗੇ ਤਾਂ ਦੇ ਦੇਣੀ ਤੇ ਅਸੀਂ ਵੀ ਘਰੇ ਵੇਲੇ ਬੈਠਣਾ ਹੀ ਹੈਗਾ ਬਿਲਕੁਲ ਵੀ ਕਈ ਡਰਾਈਵਰ ਵੀ ਇਨੇ ਅੱਛੇ ਸੀਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਜੀ ਤੋਂ ਜਿੰਮੇ ਵੀ ਹੋਇਆ ਸਾਰਿਆਂ ਨੇ ਇੱਕ ਦੂਜੇ ਦੀ ਹੈਲਪ ਕੀਤੀ ਹੈ ਜੀ ਗੱਲ ਨਹੀਂ ਹੈ ਜੀ ਤੇ ਹੁਣ ਤਾਂ ਮੇਰੇ ਖਿਆਲ ਕੋਈ ਦੋ ਹੀ ਕੰਮ ਸੀ ਜਿਹੜੇ ਜਿਨ੍ਹਾਂ ਦਾ ਮੰਦਾ ਨਹੀਂ ਪਿਆ ਕੰਮ ਕੋਵਿਡ ਦੇ ਦੌਰਾਨ ਇੱਕ ਟਰਕਿੰਗ ਦਾ ਤੇ ਇੱਕ ਪ੍ਰਾਪਰਟੀ ਆ ਜਿਹੜੀ ਕੀ ਕਹਿੰਦੇ ਅਸੀਂ ਰੀਅਲ ਏਸਟੇਟ ਦਾ ਸਟਿਮਲਸ ਚੈੱਕ ਬਹੁਤ ਆਇਆ ਕੇ ਸਾਰਿਆਂ ਨੂੰ ਪਤਾ ਹੈ ਬਹੁਤ ਆਇਆ ਉਹ ਤੋਂ ਬਾਅਦ ਡਿਜ਼ਾਸਟਰ ਰੈਲੀਫ ਵਾਲੇ ਚੈੱਕ ਬਹੁਤ ਆ ਗਏ ਉਹਨਾਂ ਨੇ ਬਹੁਤ ਹੈਲਪ ਕੀਤੀ ਜੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਹੀ ਗੱਲ ਕਰੀਏ ਟਰੱਕਿੰਗ ਇੰਡਸਟਰੀ ਦਾ ਇੰਡੀਆ ਦਾ ਰੋ ਇੱਥੇ ਦਾ ਇੰਡੀਆ ਵੀ ਵਾਹ ਵਾਸਤਾ ਸੀਗਾ ਇਹ ਟਰਾਂਸਪੋਰਟ ਦੇ ਨਾਲ ਕਿ ਇੱਥੇ ਹੀ ਕੀਤਾ ਸੀ ਨਹੀਂ ਜੀ ਆ ਇੰਡੀਆ ਤੋਂ ਤਾਂ ਬਿਲਕੁਲ ਵੀ ਨਹੀਂ ਸੀਗਾ ਮੇਰੇ ਪੇਰੈਂਟਸ ਦੋਨੋਂ ਅਟਾਰਨੀਜ਼ ਆ ਗਏ ਬਹਿਕੂਮ ਰਾਈਟ ਤੇ ਸਾਰੀ ਫੈਮਲੀ ਮੇਰੇ ਆਲਮੋਸਟ ਸੱਤ ਵਕੀਲ ਆ ਫੈਮਲੀ ਵਿੱਚ ਹਾਈ ਕੋਰਟ ਤੋਂ ਜੱਜ ਵੀ ਰਿਟਾਇਰ ਹੋਏ ਆ मामा ਜੀ ਮੇਰੇ ਸੋ ਟੋਟਲੀ ਡਿਫਰੈਂਟ ਸੀ ਮੇਰੇ ਵਾਸਤੇ ਟਰੱਕਿੰਗ ਦੇ ਵਿੱਚ ਮੈਂ ਗਲਤੀ ਨਾਲ ਆਇਆ ਸੀਗਾ ਅਸਲੀ ਗਲਤੀ ਨਾਲ ਆਏ ਪਰ ਸਹੀ ਆ ਗਏ ਸਹੀ ਆ ਗਿਆ ਹੈ ਹਾਂਜੀ ਗਲਤੀ ਨਾ ਆਏ ਸਹੀ ਆ ਗਿਆ ਤੇ ਠੀਕ ਹੈ ਮਤਲਬ ਇਧਰ ਫਿਰ ਇਤਨੀ ਲੱਗਿਆ ਕਦੇ ਵੀ ਯਾਰ ਵਾਕਿਆ ਹੀ ਗਲਤੀ ਹੋ ਗਈ ਨਹੀਂ ਸ਼ੁਰੂ ਚ ਮੈਨੂੰ ਰਿਗਰੇਟ ਰਹਾ ਹੈਗਾ ਕਿਉਂਕਿ ਮੇਰਾ ਜਿਹੜਾ ਲਾਈਫ ਸਟਾਈਲ ਸੀ ਉਹ ਬਹੁਤ ਡਿਫਰੈਂਟ ਰਹਾ ਹੈਗਾ ਇਹਦੇ ਤੋਂ ਤੇ ਚਲੋ ਆਗੇ ਤਾਂ ਆਗੇ ਹੁਣ ਇੱਕ ਸੀਗਾ ਵੀ ਕਹਿੰਦੇ ਵੀ ਤੁਸੀਂ ਭਾਰ ਪੈ ਗਿਆ ਤੇ ਚੱਕਣਾ ਪਊਗਾ ਹਾਂਜੀ ਤੇ ਮੇਰਾ ਕਜ਼ਨ ਬ੍ਰਦਰ ਸੀਗਾ ਮੈਂ ਉਹਦੀ ਹੈਲਪ ਕਰਨਾ ਆਇਆ ਸੀ ਕਰਦੇ ਕਰਦੇ ਮੈਂ ਵਿਚ ਪੈ ਗਿਆ ਉਹਦਾ ਅਕਾਊਂਟ ਦੇਖਦੇ ਤੇ ਉਹਨੂੰ ਕੁਝ ਹਲਪ ਜੁੜ ਸੀਗੀ ਕੰਪਨੀ ਦੇ ਵਿੱਚ ਉਹਦੇ ਹੱਥ ਕਰਦੇ ਦਾ ਵਿੱਚ ਤੁਸੀਂ ਅਕਾਊਂਟ ਦੇ ਸੀ ਮੈਂ ਕਿ ਉਹਦੇ ਕਾਊਂਟ ਦੇ ਵਿੱਚ ਪੈਸੇ ਦੇਖ ਕੇ ਹੀ ਕੰਮ ਬਹੁਤ ਵਧੀਆ ਕਰ ਲਿਆ। ਚਲੋ ਇਹ ਬਹੁਤ ਬਹੁਤ ਵਧੀਆ ਗੱਲ ਹੈ। ਮੀਸ ਮੇਰੇ ਖਿਆਲ ਦੇ ਨਾਲ ਟਰਕਿੰਗ ਇੰਡਸਟਰੀ ਜਿਹੜੀ ਮੈਕਸਿਮਮ ਪੰਜਾਬੀ ਹੈਗੇ ਨੇ ਬਹੁਤ ਬਹੁਤ ਜ਼ਿਆਦਾ ਟਰੱਕ ਨੇ। ਅੱਛਾ ਫਿਰ ਤੁਹਾਡਾ ਸਵਾਬ ਤੁਸੀਂ ਉਹਨਾਂ ਦੀ ਹੈਲਪ ਕਰਾਉਣਾ ਆਏ ਸੀ 2015 ਦੇ ਵਿੱਚ ਤੁਸੀਂ ਆਪਣੀ ਕੰਪਨੀ ਬਣਾਈ ਸੀ। ਹਾਂਜੀ 2014 ਚ ਮੈਂ ਉਹਦੀ ਹੈਲਪ ਕਰਾਉਣਾ ਆਇਆ ਸੀਗਾ। ਉਹਨੇ ਘਰ ਲੈਣਾ ਸੂਰੇ ਮੈਂ ਪਿੱਛੇ ਸੀਆਟਲ ਚ ਵਾਸ਼ਿੰਗਟਨ ਸੀਆਟਲ ਤੋਂ ਬਿਲੋਂਗ ਕਰਦਾ ਹੈਗਾ। ਉਹ ਤੇ ਮੈਂ ਰੀਅਲ ਏਸਟੇਟ ਦਾ ਵੀ ਕੰਮ ਕਰਦਾ ਸੀਗਾ ਅੱਛਾ ਹਾਂਜੀ ਤਾਂ ਮੈਂ ਉਹਦੀ ਹੈਲਪ ਕਰਨਾ ਇਸ ਵੀਰੇ ਘਰ ਲੈਣ ਵਾਸਤੇ ਜੀ ਤੇ ਉਹ ਘਰ ਲੈ ਲੈਂਦੇ ਸੀ ਅਪਾਰਟਮੈਂਟ ਸੀਗਾ ਤੇ ਇੱਕ ਦਿਨ ਵੈਸੇ ਮੈਂ ਉਹਦਾ ਅਕਾਊਂਟ ਦੇਖਣ ਲੱਗ ਗਿਆ ਅਕਾਊਂਟ ਦੇਖਣ ਲੱਗ ਗਿਆ ਜਾਂ ਆਡਿਟ ਕੀਤਾ ਤਾਂ 80000 ਡਾਲਰ ਸੀ ਜਿਹਦਾ ਉਹਨੂੰ ਪਤਾ ਹੀ ਨਹੀਂ ਸੀਗਾ ਅੱਛਾ ਜੀ ਹਾਂਜੀ ਹਾਂ ਸਗੋਂ 13 ਟਰੱਕ ਸੀਗੇ ਉਸ ਟਾਈਮ ਦੇ ਵਿੱਚ ਤੇ ਉਹਦੇ ਵਿੱਚ ਆਪਣੀ ਜਿਹੜੀ ਇੱਕ ਬਹੁਤ ਪ੍ਰੋਬਲਮ ਹੈਗੀ ਹੈ ਇੰਡਸਟਰੀ ਦੇ ਵਿੱਚ ਵੀ ਜਦੋਂ ਆਪਾਂ ਟਰਕਿੰਗ ਦਾ ਕੰਮ ਕਰਦੇ ਆ ਸੱਤ ਅੱਠ 10 ਟਰੱਕ ਹੁੰਦੇ ਆ ਜਨਰਲੀ ਵਿੱਚ ਡਿਸਪੈਚਰ ਵੀ ਤੁਸੀਂ ਹੁੰਨੇ ਹੋ ਅਕਾਊਂਟੈਂਟ ਵੀ ਤੁਸੀਂ ਹੁੰਨੇ ਹੋ ਰਾਈਟ ਤੇ ਮਕੈਨਿਕ ਵੀ ਤੁਸੀਂ ਹੁੰਨੇ ਆਪਾਂ ਮਲਟੀਟਾਸਕ ਕਰਦੇ ਆਂਗੇ ਉਹਦੇ ਵਿੱਚ ਆਪਾਂ ਪੈਸੇ ਬਚਾਣ ਦੇ ਵਿੱਚ ਵੀ ਆਪਾਂ ਹੋਰ ਕਿਸੇ ਨੂੰ ਲੈ ਕੇ ਆਈਏ ਉਹਨੂੰ ਪੇ ਕਰੀਏ ਆਪਾਂ ਆਪ ਪੈਸੇ ਬਚਾਣ ਦੀ ਕੋਸ਼ਿਸ਼ ਕਰਦੇ ਤਾਂ ਉਹਦੇ ਵਿੱਚ ਆਪਾਂ ਬਹੁਤ ਟਾਈਮ ਤੇ ਲੂਜ਼ ਕਰਦੇ ਆਂਗੇ ਕਿਉਂਕਿ ਆਪਾਂ ਸਾਰਾ ਕੁਝ ਨਹੀਂ ਕਰ ਸਕਦੇ ਘੰਟੇ ਉਨੇ ਹੀ ਹੋਣੇ ਆ ਤੇ ਐਵਰੇਜ ਜਿਹੜਾ ਬੰਦਾ ਹੈਗਾ ਹੈਗਾ ਜਿਹੜਾ ਆਫਿਸ 'ਚ ਬੈਠਦਾ ਟਰਕਿੰਗ ਦੇ ਵਿੱਚ ਉਹ 12 ਘੰਟੇ ਦਾ ਹੈਗੇ ਹੈਗਾ ਲਿਸਟ 12 ਘੰਟੇ ਹੈ ਗਿਆ ਕਿੰਨਾ ਕਰ ਲੋ ਸੱਤੋ ਦਿਨ ਕੰਮ ਕਰਦਾ ਉਹ ਤੇ ਅਲਟੀਮੇਟਲੀ ਇੱਕ ਟਾਈਮ ਤੇ ਆ ਕੇ ਤੰਗ ਆ ਜਾਂਦਾ ਛੋਟੇ ਮੋਟੇ ਚੀਜ਼ਾਂ ਨੂੰ ਦੇ ਗਲੈਕਟ ਕਰ ਲੈਂਦਾ ਛੱਡੋ ਨਾ ਦੇਖੋ ਤਾਂ ਉਹਦੇ ਵਿੱਚ ਉਹਨੇ ਬਹੁਤ ਲੂਸ ਕੀਤੇ ਫਿਰ ਮੈਂ ਉਹਨੂੰ ਹੈਲਪ ਕਰਨ ਲੱਗਿਆ ਰਿਕਵਰ ਕਰਨ ਤੇ ਉਹ ਕਰਦੇ ਕਰਦੇ ਹੀ ਬੱਸ ਹੋਣਾ ਜੀ ਇਹ ਪੁਆਇੰਟ ਬਹੁਤ ਵਧੀਆ ਜੀ ਸਾਡੇ ਦਰਸ਼ਕ ਨੂੰ ਹੋਰ ਥੋੜੇ ਜਿਹਾ ਡਿਟੇਲ ਦੇ ਵਿੱਚ ਦੱਸੋ ਵੀ ਇਹ ਜਿਹੜੇ ਅਕਾਊਂਟਸ ਦੇ ਵਿੱਚ ਸਾਡੇ ਪੰਜਾਬੀ ਕੰਮ ਤਾਂ ਕਰਦੇ ਨੇ ਦੱਬ ਕੇ ਤੇ ਇਧਰਲੇ ਪਾਸੇ ਕਈ ਵਾਰ ਧਿਆਨ ਨਹੀਂ ਦਿੰਦੇ ਇਹ ਉਹਨਾਂ ਦੇ ਉੱਤੇ ਕੀ ਪ੍ਰੋਬਲਮ ਆਈ ਸੀ ਤੇ ਉਹ ਫਿਰ ਜਿਹੜੀ ਕਿ ਸਾਡੇ ਦਰਸ਼ਕ ਜਿਹੜੇ ਹੁਣ ਦੇਖ ਰਹੇ ਨੇ ਟਰੱਕ ਇੰਡਸਟਰੀ ਦੇ ਸੰਬੰਧਤ ਉਹਨਾਂ ਨੂੰ ਇਹ ਜ਼ਰੂਰ ਟਿਪ ਮਿਲ ਜਵੇ ਵੀ ਅਸੀਂ ਵੀ ਧਿਆਨ ਰੱਖੀਏ ਜੀ ਉਹਦੇ ਵਿੱਚ ਮੇਨ ਚੀਜ਼ ਇਹ ਹੈ ਵੀ ਜਿਵੇਂ ਆਪਾਂ ਇੱਕ ਡਰਾਈਵਰ ਨੂੰ ਡਿਸਪੈਚ ਕੀਤਾ ਇੱਕ ਲੋਡ ਲੈਤਾ ਡਿਸਪੈਚ ਕੀਤਾ ਉਸ ਤੋਂ ਬਾਅਦ ਆਪਾਂ ਬ੍ਰੋਕਰ ਨੂੰ ਉਹਨੂੰ ਇਨਵੌਇਸ ਕਰਨੀ ਜਦੋਂ ਇੱਕ ਡਰਾਈਵਰ ਨੇ ਲੋਡ ਕੰਪਲੀਟ ਕਰਤਾ ਤਾਂ ਉਹਨੂੰ ਆਪਾਂ ਇਨਵੋਇਸ ਕਰਨੀ ਹੈ ਬਿੱਲ ਕਰਨਾ ਹੈਗਾ client ਨੂੰ ਬਿੱਲ ਕਰਨਾ ਹੈਗਾ ਜੀ ਬਿਲਕੁਲ ਤਾਂ ਤਾਂ ਕਈ ਵਾਰ ਕੀ ਹੁੰਦਾ ਹੈਗਾ ਕਿ ਡਰਾਈਵਰ ਆਪਾਂ ਨੂੰ ਰਾਈਡ ਹੋਏ ਬਿਲੋ ਫਲੇਡਿੰਗ ਨਹੀਂ ਭੇਜਦਾ ਪੇਪਰ ਨਹੀਂ ਭੇਜਦਾ ਬਿਲਟੀਆਂ ਜਿਨੂੰ ਕੰਨੇ ਹੈਗੇ ਉਹ ਭੇਜਦਾ ਨਹੀਂ ਉਹਨੇ ਹਫਤੇ ਬਾਅਦ 10 ਦਿਨ ਬਾਅਦ ਜਦੋਂ ਆਣਾ ਉਹਦੇ ਦੇਖ ਕੇ ਜਾਣਾ ਉਹਦੇ ਵਿੱਚ ਵੀ ਪ੍ਰੋਸੈਸ ਹੈ ਜੇ ਡਰਾਈਵਰ ਨੂੰ ਤੁਸੀਂ ਕਹੋ ਵੀ ਸਾਨੂੰ ਈਮੇਲ ਕਰ ਦੇ ਰਾਈਡ ਹੋਏ ਜਾਂ ਤੁਸੀਂ ਸਾਨੂੰ ਫੈਕਸ ਕਰ ਦੋ ਕਈ ਵਾਰ ਕੀ ਹੁੰਦਾ ਆਪਣੇ ਵਾਲੇ ਬੰਦੇ ਫੈਕਸ ਦੇ 2 ਡਾਲਰ ਬਚਾਉਂਦੇ ਆਗੇ ਹਾਂਜੀ ਜਾਂ ਜੇ 5 6 ਬਿਲੋ ਫਲੇਡਿੰਗ ਉਹ ਕਹਿੰਦੇ ਆ 10 ਡਾਲਰ ਲੱਗ ਜਾਣਗੇ ਕਾਹਤੋਂ ਆਈ ਜਾਣੇ 10 ਦੇਣਾ ਆ ਦੇ ਦੇਣਾ ਉਹ ਕਿਤੇ ਨ ਕਿਤੇ ਉਹ ਡਰਾਈਵਰ ਕਈ ਵਾਰ ਕੋਈ ਪੇਪਰ ਲੂਜ਼ ਕਰ ਦਿੰਦਾ ਜੀ ਹੁਣ ਆਪਾਂ ਨੂੰ ਜਿਹੜਾ ਡਿਸਪੈਚਰ ਹੁੰਦਾ ਜਾਂ ਓਨਰ ਹੁੰਦਾ ਉਹਨੂੰ ਨਹੀਂ ਪਤਾ ਕਿ ਉਹ 10 ਪੇਪਰ ਹੈ ਇੱਕ ਬਿਲੋ ਫਲੇਡਿੰਗ ਦੇ ਵਿੱਚ ਡਰਾਈਵਰ ਲਿਆ ਕੇ ਦਿੰਦਾ ਉਹਨਾਂ ਨੂੰ ਨੋ ਉਹਦੇ ਇੱਕ ਮਿਸ ਹੋ ਜਾਂਦਾ ਹੁਣ ਓਨਰ ਐਜ਼ ਅ ਕੰਪਨੀ ਉਹਨੂੰ 10 ਦਿਨਾਂ ਬਾਅਦ ਇਨਵੌਇਸ ਕਰਦਾ ਹੈਗਾ ਆਪਦੇ ਕਲਾਇੰਟ ਨੂੰ ਠੀਕ ਹੈ ਜੀ ਜੀ ਉਹ ਜਦੋਂ ਇਨ ਉਹ ਕਲਾਇੰਟ ਕੋਲੇ ਪਹੁੰਚਦੇ ਬਾਈ ਮੇਲ ਜੀ ਜਾਂ ਤਾਂ ਈਮੇਲ ਕਰਦੇ ਆ ਜਾਂ ਕਹਿੰਦੇ ਹਾਰਡ ਕਾਪੀ ਭੇਜੋ ਹਾਰਡ ਕਾਪੀ ਭੇਜਦੇ ਆ ਉਹ ਕਹਿੰਦੇ ਇੱਕ ਬਿਲੋ ਫਲੇਡਿੰਗ ਤੁਹਾਡਾ ਮਿਸਿੰਗ ਹੈ ਜੀ ਠੀਕ ਹੈ ਜੀ ਅਸੀਂ ਉਹ ਸਾਰੀ ਪੇਮੈਂਟ ਰੋਕ ਲੈਂਦੇ ਆ ਉੱਥੇ ਅੱਛਾ ਉਹ ਉਹ ਹੁਣ ਉਹਨਾਂ ਨੇ ਜੇ ਤਾਂ ਡਾਇਰੈਕਟ ਬਿਲਿੰਗ ਕਰਦੇ ਆ ਤੁਸੀਂ ਕਸਟਮਰ ਨੂੰ ਤਾਂ ਤਕਰੀਬਨ ਉਹ 30 ਦਿਨਾਂ ਬਾਅਦ ਤੁਹਾਨੂੰ ਪੇ ਕਰਦੇ ਜੇ ਬਿਲੋ ਫਲੇਟਿੰਗ ਸਹੀ ਹੋ। ਅੱਛਾ ਜੀ। ਜੇ ਉਹ ਕਿਤੇ ਕਮੀ ਹੋ ਗਈ ਕੋਈ ਸਾਈਨ ਮਿਸਿੰਗ ਹੋ ਗਏ ਰਸੀਵਰ ਦੇ ਸ਼ਿਪਰ ਦੇ ਮਿਸਿੰਗ ਹੋ ਗਏ ਜਾਂ ਕਿਤੇ ਸ਼ੋਰਟੇਜ ਹੋ ਗਈ ਉਹਨਾਂ ਨੇ ਸਾਰੀ ਪੇਮੈਂਟ ਰੋਕ ਲੈਣੀ ਹੈ। ਅੱਛਾ ਜੀ। ਹੁਣ ਇੱਕ ਬੰਦਾ ਹੈਗਾ ਜਿਹਨੇ ਮੰਨ ਲਓ 10 ਟਰੱਕ ਰੋਜ਼ ਡਿਸਪੈਚ ਕਰਨੇ ਆ 10 ਦੇ ਇਨਵੋਇਸ ਕਰਨੇ ਆ ਉਹਨਾਂ ਨੂੰ ਮੇਨਟੇਨ ਕਰਨਾ ਹੈਗਾ। ਉਹ ਇੰਨਾ ਟਰੈਕ ਨਹੀਂ ਰੱਖ ਸਕਦਾ ਕੋਦੇ ਕੋਲ ਸਿਸਟਮ ਹੀ ਨਹੀਂ ਹੈ। ਉਹ ਸੌਫਟਵੇਅਰ ਪ੍ਰੋਪਰ ਨਹੀਂ ਲੈਂਦੇ ਉਹ ਐਕ ਸਾਰਾ ਕੁਝ ਟਰੈਕ ਰੱਖਦੇ ਆ ਜੀ ਹੁਣ ਉਹ 30 ਦਿਨ ਤੋਂ ਬਾਅਦ ਉਹ ਪੇਮੈਂਟ ਆਣੀ ਹੈ ਠੀਕ ਹੈ ਹੁਣ ਤੁਸੀਂ ਦੇ ਕੋਲ ਹਰੇਕ 30 ਦਿਨਾਂ ਬਾਅਦ ਉਹਨਾਂ ਨੂੰ 10-10 ਟਰੱਕਾਂ ਦੀ ਪੇਮੈਂਟ ਆਣੀ ਹੈ ਉਹਦੇ ਵਿੱਚੋਂ ਮਿਸ ਹੋ ਗਈ ਫਿਰ ਉਹਨੂੰ ਬ੍ਰੋਕਰ ਨੂੰ ਕਹਿਣਾ ਹਾਂ ਪੇਪਰ ਭੇਜੋ ਜੀ ਉਹ ਫਿਰ ਪੇਪਰ ਲਾਉਦਾ ਬੈਕ ਜਾ ਕੇ ਕਿ ਉਹਦਾ ਵੀ ਕੋਈ ਸਿਸਟਮ ਨਹੀਂ ਪੇਪਰ ਸੰਭਾਲ ਹੁੰਦਾ ਉਹ ਪੇਪਰ ਆਂਦੇ ਨਹੀਂ ਹੈਗੇ ਵਾਹ ਜੀ ਉਹ ਬ੍ਰੋਕਰ ਨਾਲ ਲੜਦੇ ਰਹਿੰਦੇ ਹੈਗੇ ਆਲਟੀਮੇਟਲੀ ਆ ਕੇ ਛੱਡ ਦਿੰਦਾ 2000 ਦਾ ਲੋਡ ਗਿਆ ਕੋਈ ਨਹੀਂ ਯਾਰ ਛੱਡ ਦੂਜੇ ਦਾ ਆ ਰਹੇ ਆ ਨਾ अच्छा लोग की मेंटालिटी ये हुंदी है कि मैं तो ऑफिस में बैठा एक टाइम तो मैं ट्रक चलांदा ਸੀਗਾ। ओद में दे दे दो दो <laughs> दे। मैं 10000 कमांदा ਸੀ ਆਪ ট্রাক چلا ਕੇ ਫੋਰ ਇਨਸਟੈਂਟ। ਹੁਣ ਮੈਂ ਆਪ ऑफिस ਜਿ ਬੈਠਾ ਹਾਂਗਾ। 10 ট্রাক ਚੱਲ ਜੀ ਜਾਂਦੇ ਆ। ਮੈਨੂੰ ਆਰਾਮ ਨਾਲ 40000 ਡਾਲਰ ਆਈਂਦਾ। ਯਾਰ ਇਹ 2000 ਚਲੇ ਗਿਆ ਤਾਂ ਕੋਈ ਨਹੀਂ। ਉਹ ਇਹ ਨਹੀਂ ਦੇਖਦੇ ਦੋ-ਦੋ 2000 ਕਰਕੇ ਕਿੰਨਾ ਪੈਸਾ ਮਿਸ ਕਰਦੇ ਆ। ਦੇਖੋ ਜੀ ਮੈਂ ਕਹਿੰਦਾ ਤੁਸੀਂ ਨਾਲ ਇਹਦੇ ਇਹ ਤਾਂ ਬਹੁਤ ਵਧੀਆ ਟੀਚ ਵੀ ਕਰ ਸਕਦੇ ਹੋ ਸਾਡੇ ਟਰਕਿੰਗ ਇੰਡਸਟਰੀ ਨੂੰ। ਪਰ ਮੇਰੇ ਖਿਆਲ ਦੇ ਵਿੱਚ ਟਰਕਿੰਗ ਦਾ ਸੀਚ ਵਿੱਚ ਪੜ੍ਹਾਈ ਲਿਖਾਈ ਵੀ ਜ਼ਰੂਰੀ ਹੈ, ਟ੍ਰੇਨਿੰਗ ਵੀ ਜ਼ਰੂਰੀ ਹੈ। ਦੇਖੋ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਇਹਦਾ ਪਤਾ ਵਿੱਚ ਤੋਂ ਸਾਫ਼ ਇਹ ਚੀਜ਼ ਪਤਾ ਲੱਗਦੀ ਹੈ ਕਿ ਤੁਹਾਡੀ ਪੜ੍ਹਾਈ ਲਿਖਾਈ ਬਹੁਤ ਵਧੀਆ ਜੀ ਤੇ ਉਹ ਵੀ ਜ਼ਰੂਰੀ ਇਹਦੇ ਵਿੱਚ ਨਹੀਂ ਜ਼ਰੂਰੀ ਹੈ ਐਜੂਕੇਸ਼ਨਲ ਕੰਸਿਸਟੈਂਟ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਕੰਟੀਨਿਊਸ ਐਜੂਕੇਸ਼ਨ ਜਿਹਨੂੰ ਕਹਿੰਦੇ ਹਨ ਨਵੇਂ ਨਵੇਂ ਲਾਜ਼ ਆਉਂਦੇ ਹੈਗੇ ਆਈ ਏਮ ਪ੍ਰੀਟੀ ਸ਼ੋਰ ਕਿ 90% ਜਿਹੜੇ 90 ਕੀ 95 97% ਆਪਣੇ ਜਿੰਨੇ ਹੈਗੇ ਪੰਜਾਬੀ ਭਰਾ ਹੈਗੇ ਹੈਗੇ ਉਹ ਕਦੇ ਵੀ ਐਫ ਐਮ ਸੀ ਐਸ ਦੀ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੀ ਵੈਬਸਾਈਟ ਨੂੰ ਖੋਲ ਕੇ ਨਵੇਂ ਲਾਜ਼ ਨੂੰ ਨਹੀਂ ਪੜਦੇ ਨਵੇਂ ਚੇਂਜਸ ਕੀ ਆਉਂਦੇ ਨਹੀਂ ਪੜਦੇ ਪਰ ਆਪਾਂ ਇੱਕ ਜੀ ਗੱਲ ਜ਼ਰੂਰ ਕਹਿੰਨੇ ਵੀ ਹਾਂ ਵੀ ਆਪਾਂ ਲੌਗ ਬੁੱਕਾਂ ਨੂੰ ਬੰਦ ਕਰਾਣਾ ਤੇ ਚਲੋ ਸਾਰੇ ਭਰਾ ਇਕੱਠੇ ਹੋ ਕੇ ਆਪਾਂ ਆਪ ਦੀ ਆਪ ਦਾ ਸ਼ਹਿਰ ਬੰਦ ਕਰਦੇ ਆਂ ਤੇ ਆਪਾਂ ਡੀਸੀ ਚੱਲਦੇ ਆਂ ਤੇ ਉੱਥੇ ਜਾ ਕੇ ਅਨਸ਼ਨ ਕਰਦੇ ਆਂਗੇ ਵਾਹ ਜੀ ਵਾਹ ਲੀਸਟ ਆਪਾਂ ਲਾ ਤਾਂ ਪੜੀਏ ਦੇਖੀਏ ਆਪਣੇ ਵਾਸਤੇ ਫਾਇਦੇਮੰਦ ਹੈ ਜਾਂ ਨਹੀਂ ਹੈਗੇ ਉਹ ਪਰ ਆਪਾਂ ਦੂਜਿਆਂ ਨੂੰ ਛੇਤੀ ਕਹਦੇ ਨੇ ਆਪਾਂ ਇਹ ਦੇਖਦੇ ਵੀ ਆਪਣੇ ਚ ਕੀ ਕਮੀ ਹੈਗੀ ਵਾਹ ਜੀ ਬਹੁਤ ਵਧੀਆ ਸਦਾਰਥ ਜੀ ਮੇਰੇ ਖਿਆਲ ਤੇ ਆਪਾਂ 2-3 ਘੰਟੇ ਵੀ ਗੱਲਾਂ ਕਰੀ ਜਾਈਏ ਤੇ ਤਾਂ ਵੀ ਸਮਾਂ ਥੋੜਾ ਪੈ ਜਾਣਾ ਇੱਕ ਬ੍ਰੇਕ ਲੈਣੀ ਪੈਗੀ ਤੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਜੁੜਾਂਗੇ ਇਸ ਘਰਾਂ ਵਿੱਚ ਬੈਠੇ ਦਰਸ਼ਕ ਵੀ ਜੁੜੇ ਰਹੇ ਨੇ ਜੀ ਸਾਡੇ ਨਾਲ ਰੋਡ ਟ੍ਰਿਪ 221 ਸਾਡੇ ਸਦਾਰਥ ਮੰਤ ਜੀ ਬਹੁਤ ਹੀ ਵਧੀਆ ਜਾਣਕਾਰੀ ਟਰਕਿੰਗ ਇੰਡਸਟਰੀ ਬਾਰੇ ਜਿਹੜੀ ਮੈਂ ਵੀ ਪਹਿਲੀ ਵਾਰ ਸੁਣੀ ਹੈ ਉਹ ਜਾਣਕਾਰੀ ਦੇ ਰਹੇ ਨੇ ਹੋਰ ਵੀ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਫਿਲਹਾਲ ਇੱਕ ਬ੍ਰੇਕ ਲੈ ਲੈਂਦੇ ਆ ਦੇਖਦੇ ਰਹੋ ਜੱਸ ਪੰਜਾਬ ਮੇਕ ਤੋਂ ਬਾਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਸਭ ਦਾ ਇੰਡੀਅਨ ਨੈਪਲਸ ਤੋਂ ਤੁਹਾਡੇ ਰੂਬਰੂ ਪ੍ਰੋਗਰਾਮ ਅੱਜ ਕਰ ਰਹੇ ਹਾਂ ਔਰ ਬਹੁਤ ਹੀ ਵਧੀਆ ਮਹਿਮਾਨ ਸਾਡੇ ਸਿਦਾਰਥ ਮਹਾਂਤ ਜੀ ਨਾਲ ਜੁੜੇ ਨੇ ਬੜੀ ਵਧੀਆ ਜਾਣਕਾਰੀ ਦੇ ਰਹੇ ਨੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆ ਜੀ ਇਹ ਵੈਸੇ ਤਾਂ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਇਹ ਤਾਂ ਇੱਕ ਪੱਖ ਦੱਸਿਆ ਤੁਸੀਂ ਟਰੱਕਾਂ ਦਾ ਜਿਹੜਾ ਕਿ ਨਕਸ਼ਾ ਉਹਨਾਂ ਨੂੰ ਜਾਂ ਨੁਕਸਾਨ ਹੁੰਦਾ ਪੈਸੇ ਤੇ ਲੈਦਾ ਜੇ ਹੋਰ ਅੱਗੇ ਬਹੁਤ ਪੱਖ ਨੇ ਉਹ ਅਸੀਂ ਚਲੋ ਅਸੀਂ ਫਿਰ ਜ਼ਰੂਰ ਕਿਤੇ ਦੁਬਾਰਾ ਲੰਬੀ ਗੱਲ ਕਰਾਂਗੇ ਉਸ ਟਾਪਿਕ ਤੇ ਹੁਣ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਫਿਰ ਤੁਹਾਡਾ ਸੁਭ ਬਣਿਆ 2015 ਦੇ ਵਿੱਚ ਉਦੋਂ ਫਿਰ ਕਿੰਨੇ ਟਰੱਕ ਸੀ ਤੇ ਅੱਜ ਕਿੰਨੇ ਆਏ ਹੈਗੇ 15 ਦੇ ਵਿੱਚ ਥੋ ਬੀ ਆਨੈਸਟ ਅਸੀਂ 2014 ਫੇਲ ਹੋ ਗਏ ਸੀਗੇ ਅੱਛਾ ਹਾਂਜੀ ਜਦੋਂ ਮੈਂ ਇੱਥੇ ਆਇਆ ਹੈਗਾ ਮੇਰੇ ਨਾਲ ਤੋਂ ਆ ਮਾਰਚ ਐਪਲ ਦੇ ਵਿੱਚ ਜਦੋਂ ਮੈਂ ਉਰੇ ਆ ਗਿਆ ਸੀਗਾ ਬ੍ਰਦਰ ਦੀ ਕੰਪਨੀ ਸੀ ਜੀ ਉਹਦੀ ਹੈਲਪ ਕਰਨ ਲੱਗਿਆ ਉਸ ਤੋਂ ਬਾਅਦ ਵੀ ਫੈਮਿਲੀ ਮੂਵ ਹੋਈ ਇੱਥੇ ਤਾਂ ਬਾਏ ਦਾ ਐਂਡ ਆਫ 2014 ਅਸੀਂ ਫੇਲ ਹੋ ਗਏ ਕੁਝ ਗਲਤੀਆਂ ਕੀਤੀਆਂ ਸੀ ਨਾ ਜੋ ਵੀ ਕੰਪਨੀਆਂ ਨਵੀਂ ਹੁੰਦੀ ਆ ਆਲਮੋਸਟ ਸੇਮ ਗਲਤੀਆਂ ਕਰਦੀਆਂ ਜਿਦੇ ਤੁਸੀਂ ਟਰੱਕ ਇੱਕ ਵਾਰ ਇੰਸ਼ੋਰੈਂਸ ਚੈਟ ਨਹੀਂ ਕਰਾਉਂਦੇ ਇੰਸ਼ੋਰੈਂਸ ਏਜੰਟ ਹੁੰਦਾ ਹੈ ਇੰਸ਼ੋਰੈਂਸ ਸਸਤੀ ਦੇਣ ਵਾਸਤੇ ਤੁਹਾਨੂੰ ਉਹ ਇੱਕ ਦਾਇਰਾ ਕਰ ਦਿੰਦਾ ਵੀ ਤੁਸੀਂ 500 500 ਮਾਈਲ ਦੇ ਰੇਡੀਅਸ ਚ ਰਹਿਣਾ ਹੈਗਾ ਅੱਛਾ ਜੀ ਠੀਕ ਹੈ ਜੀ ਕਈ ਵਾਰ ਡਰਾਈਵਰ ਅਪਰੂਵ ਨਹੀਂ ਹੁੰਦਾ ਇੰਸ਼ੋਰੈਂਸ ਦੇ ਵੇਚਤਾ ਆਪਾਂ ਡਰਾਈਵਰ ਵੀ ਕਰ ਦਿੰਨੇ ਚੱਲ ਯਾਰ ਕੀ ਹੁੰਦਾ ਕਿਹੜਾ ਪਤਾ ਲੱਗਣਾ ਹੈਗਾ ਬਹੁਤ ਕਾਮਨ ਚੀਜ਼ ਹੈ ਗਿਆ ਤੇ ਡਰਾਈਵਰ ਦੀ ਆਪਾਂ ਵੈਰੀਫਿਕੇਸ਼ਨ ਨਹੀਂ ਕਰਦੇ ਡਰਾਈਵਰ 2 ਸਾਲ ਦਾ ਲਾਇਸੈਂਸ ਲੈ ਕੇ ਆਇਆ ਓਕੇ ਆ ਗਿਆ ਲੈ ਆ ਵੀ ਆ ਚਾਬੀ ਫੜਾ ਲੋਡ ਹੈ ਚੱਕ ਤੇ ਜਾ ਜੀ ਇਹ ਚੀਜ਼ ਹੈ ਜੀ ਤੇ ਅਸੀਂ ਵੀ ਜਿਵੇਂ ਮਿਸਟੇਕ ਕੀਤੀ ਆ ਟੂ ਬੀ ਓਨੈਸਟ ਤੇ ਸਾਡਾ ਸਾਨੂੰ ਪਤਾ ਨਹੀਂ ਸੀ ਕਿ ਸਾਡਾ ਟਰੱਕ ਜਿਹੜਾ 500 ਮਾਲ ਦੇ ਰੇਡੀਅਸ ਤੋਂ ਬਾਹਰ ਨਹੀਂ ਜਾ ਸਕਦਾ ਕਿਉਂਕਿ ਸਾਡਾ ਏਜੰਟ ਸੀ ਉਹਨੇ ਇੰਸ਼ੋਰੈਂਸ ਲੈਣ ਵਾਸਤੇ ਸਾਨੂੰ ਉਹਨੇ ਇੱਕ ਵਾਰ ਸਾਈਨ ਕਰਾ ਲੇ ਚਲੋ ਡਾਂ ਤੋਂ ਡੀ ਇੰਸ਼ੋਰੈਂਸ ਹੋ ਗਈ ਨਵੇਂ ਨਵੇਂ ਉਹਨੇ ਉਹਦਾ ਐਜੂਕੇਸ਼ਨ ਨਹੀਂ ਹੁੰਦੀ ਇਸ ਵਾਰ ਜੀ ਜੀ ਤਾ ਸਾਡਾ ਡਰਾਈਵਰ ਸੀਗਾ 500 ਮਾਈਲ ਦੇ ਰੇਡੀਅਸ ਤੋਂ ਬਾਅਦ 600 ਦੇ ਸੀ ਤੇ ਉਹਦੇ ਤੋਂ ਅ ਰਸੀਵਰ ਦੇ ਡੌਕ ਤੇ ਟਰੱਕ ਲੱਗ ਗਿਆ ਜੀ ਤਾਂ ਆਫਕੋਰਸ ਉਹਦਾ ਇੰਸ਼ੋਰੈਂਸ ਕਲੇਮ ਹੋਇਆ ਇੰਸ਼ੋਰੈਂਸ ਕਲੇਮ ਛੋਟਾ ਸੀ 3000 ਦਾ ਸੀ ਇੰਸ਼ੋਰੈਂਸ ਏਜੰਸੀ ਨੂੰ ਪਤਾ ਲੱਗਿਆ ਜਿਹੜੀ ਮੇਨ ਸੀਗੀ ਉਹਨਾਂ ਨੂੰ ਪਤਾ ਲੱਗਿਆ ਵੀ ਟਰੱਕ 600 ਮੀਲ ਰੇਡੀਅਸ ਦਾ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ 500 ਹੀ ਰੱਖਣਾ ਸਾਨੂੰ ਪਤਾ ਵੀ ਨਹੀਂ ਸੀ ਤਾਂ ਉਹਨਾਂ ਨੇ ਸਾਡੀ ਇੰਸ਼ੋਰੈਂਸ ਜਿਹੜੀ ਪਾਲਿਸੀ ਇੱਕ ਮਹੀਨਾ ਸਾਨੂੰ ਟਾਈਮ ਦੇ ਕੇ ਇੰਸ਼ੋਰੈਂਸ ਕੈਨਸਲ ਕਰਤੀ ਰਾਈਟ ਬਟ ਐਨੀ ਹਾ ਮੈਂ ਬੜਾ ਡੀਪ ਨਹੀਂ ਜਾਣਾ ਤੇ ਉਹ ਪ੍ਰੋਬਲਮ ਹੋਈ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਵੀ ਲਾਸਟ एवरीथिंग ਸਾਡੇ ਟਰੱਕ ਜਿੱਥੇ ਸੀਗੇ ਅਸੀਂ ਖੜੇ ਖੜੇ ਸਾਨੂੰ ਟਰੱਕ ਉੱਤੇ ਵੇਚਨੇ ਪਏ ਕੰਪਨੀ ਸਾਡੀ ਰੀਨ ਸਟੇਟ ਨਹੀਂ ਹੋਈ ਨਵੀਂ ਅਸੀਂ ਖੋਲ ਨਹੀਂ ਸਕਦੇ ਸੀਗੇ ਠੀਕ ਹੈ ਜੀ ਤਾਂ ਸੜਕ ਤੇ ਆ ਗਏ ਬਾਟਰਮ ਲਾਈਨੇ ਜੀ ਠੀਕ ਹੈ ਜੀ ਤੇ ਅਸੀਂ ਫੇਰ ਮੇਰਾ ਬ੍ਰਦਰ ਸੀਗਾ ਉਹ ਦੁਆਰਾ ਟਰੱਕ ਤੇ ਚੜ ਗਿਆ ਮੇਰੇ ਵਾਈਫ ਦੁਆਰਾ ਕੰਮ ਤੇ ਚੱਲੇ ਗਏ ਤੇ ਮੈਨੂੰ ਨੌਕਰੀ ਨਹੀਂ ਮਿਲੀ ਵੈਰੀ ਸਿੰਪਲ ਅੱਛਾ ਹਾਂਜੀ ਤਾਂ ਬ੍ਰਦਰ ਕਹਿੰਦਾ ਵੀ ਕੋਈ ਸ਼ੁਰੂ ਕਰਦੇ ਆਂ ਫਿਰ ਅਸੀਂ ਰੋਡ ਸਰਵਿਸ ਦਾ ਕੰਮ ਸ਼ੁਰੂ ਕੀਤਾ ਮੋਬਾਈਲ ਰੋਡ ਸਰਵਿਸ ਦਾ ਕਾਲ ਆਉਂਦੀ ਸੀ ਰਾਤ ਨੂੰ 1:00 2:00 ਵਜੇ ਸਾਡੇ ਟਰੱਕ ਪੈਂਚਰ ਹੋ ਗਿਆ ਇੱਥੇ ਆ ਕੇ ਲਾ ਕੇ ਜਾਂਦੇ ਉਹ ਤਾਂ ਅਸੀਂ ਉਹਦਾ ਕੰਮ ਸ਼ੁਰੂ ਕੀਤਾ ਸਾਲ ਕ ਅਸੀਂ ਉਹ ਕੀਤਾ ਫਿਰ ਅਸੀਂ 2015 ਦੇ ਵਿੱਚ ਅਸੀਂ ਆਪਦੀ ਸ਼ਾਪ ਸ਼ੁਰੂ ਕਰ ਲਈ ਟਰੱਕ ਰਿਪੇਅਰ ਸ਼ਾਪ ਸ਼ੁਰੂ ਕਰ ਲਈ ਉਹ ਸਾਡੀ ਪਰਮਾਤਮਾ ਨੇ ਬਹੁਤ ਸੁਣੀ ਸਾਡਾ ਬਹੁਤ ਅੱਛਾ ਕੰਮ ਚੱਲਿਆ ਪਰ ਉਹਦੇ ਈਸ਼ੂ ਆਉਣ ਲੱਗ ਗਏ ਕਿ ਸਾਨੂੰ ਜਿਹੜੇ ਪੈਸੇ ਸੀਗੇ ਰਿਪੇਅਰ ਦੇ ਲੋਕ ਚੈੱਕ ਦੇ ਜਾਂਦੇ ਸੀ ਚੈੱਕ ਬਾਊਂਸ ਹੋ ਜਾਂਦੇ ਸੀ ਅੱ ਬਹੁਤ ਉਹਦੇ ਵਿੱਚ ਇਸ਼ੂ ਆਏ ਪੇਮੈਂਟ ਦੇ ਇਸ਼ੂ ਆਣ ਲੱਗ ਜਾਂਦੇ ਸੀਗੇ ਵੀ ਹੈ ਨਹੀਂ ਆਮ ਬ੍ਰੋ ਪੈਸੇ ਨਹੀਂ ਆਗੇ ਘਟਾਵਤਾ ਕਰਕੇ ਅਸੀਂ ਬਹੁਤ ਤੰਗ ਆ ਗਏ ਤਾਂ 2015 ਚ ਮੈਂ ਕੰਪਨੀ ਇਹ ਜਿਹੜੀ ਹੈਗੀ ਮਹਾਨ ਟਰਾਂਸਪੋਰਟੇਸ਼ਨ ਉਹਦੋਂ ਰੀਇਨਸਟੇਟ ਕਰਾ ਲਈ ਸੀ ਉਹ ਰੀਇਨਸਟੇਟ ਕਿ ਉਹ ਤਾਂ ਸ਼ੁਰੂ ਕੀਤੀ ਸੀ ਨਵੀਂ ਜੀ ਤਾਂ 16 ਦੇ ਵਿੱਚ ਜਦੋਂ ਅਸੀਂ ਤੰਗ ਆ ਗਏ ਤਾਂ ਅਸੀਂ 16 ਚ ਉਹ ਕੰਪਨੀ ਫਿਰ ਬ੍ਰਦਰ ਮੈਨੂੰ ਕਹਿੰਦਾ ਵੀ ਤੂੰ ਜਾ ਕੇ ਟਰਕਿੰਗ ਕੰਪਨੀ ਚਲਾ ਤੇ ਮੈਂ ਸ਼ਾਪ ਚਲਾਣਾ ਸਪੋਰਟ ਕਰ ਦੇ 16 ਦੇ ਵਿੱਚ ਸਾਡੇ ਕੋਲੇ 5 ਕੇ 6 ਟਰੱਕ ਸੀਗੇ ਤੇ ਉਹ ਬਸ ਉਹਨੂੰ ਮਿਹਨਤ ਕਰਦੇ ਗਏ ਫਿਰ ਪ੍ਰੋਪਰ ਤਰੀਕੇ ਨਾਲ ਕੰਪਨੀ ਦੀ ਪਾਲਿਸਿਸ ਬਣਾਏ ਪ੍ਰੋਸੀਜਰਸ ਬਣਾਏ ਉਹਨੂੰ ਫਾਲੋ ਕੀਤਾ ਫਾਲੋ ਕਰਕੇ ਉਹਨੂੰ ਕਰਦੇ 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 ਜੀ ਤੇ ਸਾਡੇ ਕੋਲ ਆਲਮੋਸਟ 70 ਓਵਰ 70 ਟਰੱਕਸ ਆ ਗਏ ਜੀ ਜੀ ਇੱਕ ਜ਼ਰੂਰ ਸਾਡੇ ਦਰਸ਼ਕਾਂ ਨੂੰ ਉਡੀਕ ਹੋਏਗੀ ਜਿਹੜੀ ਮੈਂ ਗੱਲ ਕਹੀ ਸੀ ਕਿ ਕਿ ਪਹਿਲੇ ਇੰਡੀਅਨ ਤੁਸੀਂ ਸਿਲੈਕਟ ਹੋਏ ਹੋ ਉਹ ਕੀ ਹੈ ਕਿਹੜੀ ਗਵਰਨਮੈਂਟ ਵੱਲੋਂ ਹੈਗਾ ਜਾਂ ਕੀ ਉਹਦੇ ਬਾਰੇ ਦੱਸੋ ਜਾਣਕਾਰੀ ਹਾਂਜੀ ਡੀਓਟੀ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਤੇ ਥੱਲੇ ਕੰਮ ਕਰਦਾ ਹੈ ਐਫਐਮਸੀਐਸਏ ਅੱਛਾ ਜੀ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਜਿਹਨੂੰ ਕਹਿੰਦੇ ਹੈਗੇ ਤੇ ਉਹਨਾਂ ਦੀ ਇੱਕ ਕਮੇਟੀ ਹੁੰਦੀ ਹੈ ਮੋਟਰ ਕੈਰੀਅਰ ਸੇਫਟੀ ਐਡਵਾਈਜ਼ਰੀ ਕਮੇਟੀ ਹੁੰਦੀ ਹੈ ਜੋ ਕਿ ਡੀਓਟੀ ਨੂੰ ਹੈਲਪ ਕਰਦੀ ਹੈ ਲਾਜ਼ ਬਣਾਉਣ ਵਾਸਤੇ ਰੈਗੂਲੇਟ ਕਰਨ ਵਾਸਤੇ ਐਮੈਂਡ ਕਰਨ ਵਾਸਤੇ ਤੇ ਜਿਹੜੀਆਂ ਵੀ ਅਚੀਵਮੈਂਟਸ ਹੁੰਦੀਆਂ ਜਿੰਨੇ ਵੀ ਲਾਅ ਬਣੇ ਹੋਏ ਆ ਪਿੱਛੇ ਉਹਦੇ ਕੀ ਕੁਛ ਉਹਦੇ ਰਿਪੋਰਟਿੰਗ ਕਰਨ ਲੈਂਦੀ ਆ ਥਰੂ ਦੇ ਐਡਮਿਨਿਸਟਰेटर ਜੋ ਕਿ ਸੈਕਟਰੀ ਆਫ ਟਰਾਂਸਪੋਰਟੇਸ਼ਨ ਬੇਸਿਕਲੀ ਦਾ 3ਰਡ ਆਫ ਦਾ 4ਥ ਲਾਰਜੇਸਟ ਪਾਵਰ ਅਮਰੀਕਾ ਦੇ ਵਿੱਚ ਆਫਟਰ ਪ੍ਰੈਜ਼ੀਡੈਂਟ ਹੁੰਦੇ ਆ ਤਾਂ ਉਹ ਉਹਨਾਂ ਨੂੰ ਰਿਪੋਰਟ ਕਰਨ ਲੈਂਦੇ ਆ ਤਾਂ ਅਸੀਂ ਸੈਕਟਰੀ ਆਫ ਟਰਾਂਸਪੋਰਟੇਸ਼ਨ ਜੋ ਕਿ ਹੁਣ ਹੈਗੇ ਹੈਗੇ ਬੁੱਡੀ ਜੱਜ ਆਪਣੇ ਸਾਊਥ ਬੈਂਡ ਤੋਂ ਹੀ ਇੰਡੀਆਨਾ ਤੋਂ ਹਾਂਜੀ ਤਾਂ ਉਹਨਾਂ ਦੇ ਅੰਡਰ ਆ ਸੋ ਮੈਂ ਉਹਨਾਂ ਦੇ ਅੰਡਰ ਕੰਮ ਕਰਦਾ ਤੇ ਅਸੀਂ 25 ਮੈਂਬਰ ਦੀ ਕਮੇਟੀ ਹੁੰਦੀ ਹੈਗੀ ਲੋਕਾਂ ਜਿਹੜੀ ਪ੍ਰੋਬਲਮ ਹੁੰਦੀ ਹੈ ਟਰੱਕਿੰਗ ਦੀ ਜਾਂ ਜਿੰਨੇ ਵੀ ਇਹਨਾਂ ਕਨਸਰਨ ਹੁੰਦੇ ਹੈਗੇ ਅਸੀਂ ਉਹ ਸਾਰਾ ਡਾਟਾ ਕਲੈਕਟ ਕਰਨਾ ਹੈ ਫਿਰ ਸਾਡੀਆਂ ਸਾਲ ਦੇ ਵਿੱਚ ਤਿੰਨ ਮੈਂਡਟਰੀ ਮੀਟਿੰਗਸ ਹੈਗੀਆਂ ਦੂਜੀ ਮੀਟਿੰਗ ਤਾਂ ਹੁੰਦੀ ਹੈ ਵਰਚੁਅਲ ਮੀਟਿੰਗ ਹੁੰਦੀ ਹੈ ਉਹਦੇ ਸਾਰਾ ਡਾਟਾ ਕਲੈਕਟ ਕਰਕੇ ਉੱਤੇ ਰਿਪੋਰਟ ਕਰਨੀ ਉਹਦੇ ਹਿਸਾਬ ਨਾਲ ਚੇਂजेस ਹੁੰਦੇ ਹੈ ਜੀ ਤਾਂ ਉਹਦੇ ਆ ਵਾਸ ਵੈਰੀ ਲੱਕੀ ਕਿ ਮੈਨੂੰ ਨਾਮਿਨੇਟ ਕੀਤਾ ਤੇ ਮੈਨੂੰ ਇਲੈਕਟ ਕੀਤਾ ਉਹਦੇ ਵਿੱਚ ਜਨੂਅਰੀ ਦੇ ਵਿੱਚ ਮੇਰੀ ਉਹਦੇ ਵਿੱਚ ਇਲੈਕਸ਼ਨ ਹੋਈ ਹੈਗੀ ਵਾਹ ਜੀ ਬੜੀ ਨਹੀਂ ਤੁਸੀਂ ਪਹਿਲੇ ਇੰਡੀਅਨ ਨੂੰ ਹਾਂ ਜੀ ਪਹਿਲਾ ਇੰ ਬਾਈ ਲੱਕ ਕਿਸੇ ਨੇ ਵੈਸੀ ਗੱਲ ਕੀਤੀ ਸੀਗੀ ਨਾਰਮਲੀ ਵੀ ਆਇਆ ਕਰਕੇ ਕਮੇਟੀ ਐ ਵੀ ਤੂੰ ਇੰਨਾ ਕੁਝ ਸੋਸ਼ਲ ਵਰਕ ਕਰ ਰਿਹਾ ਇੰਡੀਆਨਾ ਵਿੱਚ ਵਾਹ ਹਾਂ ਜੀ ਬੀਕਮ ਦਾ ਮੈਂਬਰ ਉਹਦੇ ਸ਼ਾਇਦ ਕੁਝ ਆਪਣੇ ਲੋਕਾਂ ਨੂੰ ਹੋਰ ਪ੍ਰਸਤਾਹਨ ਮਿਲੇ ਵੀ ਉਹ ਵੀ ਅਗਿਆਨ ਤੇ ਕੁਝ ਨਾ ਕੁਝ ਉਹ ਐਕਟਿਵ ਹੋ ਇਹਦੇ ਵਿੱਚ ਇਹ ਬਹੁਤ ਇੱਕ ਅਚੀਵਮੈਂਟ ਬਹੁਤ ਵੱਡੀ ਹਾਂਜੀ ਹਾਂ ਤੇ ਤੁਹਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਇਹ ਹਾਂਜੀ ਹਾਂਜੀ ਤੇ ਅੱਛਾ ਫਿਰ ਤੁਸੀਂ ਇੱਕ ਸੰਸਥਾ ਬਣਾਈ ਇੱਥੇ ਜਿਹੜੀ ਤੁਸੀਂ ਕਿਹਾ ਵੀ ਆਪਾਂ ਇੰਡੀਆਨਾ ਡਾਈਵਰਸ ਟਰੱਕਰਸ ਦੀ ਐਸੋਸੀਏਸ਼ਨ ਬਣਾਈ ਸੀ ਜੀ ਉਹ ਕੀ ਹੈ ਉਹਦੀ ਕੀ ਕਿਉਂ ਜ਼ਰੂਰਤ ਪਈ ਉਹਦੀ ਉਹ 2019 ਦੇ ਵਿੱਚ ਜਦੋਂ ਕਿ ਛੋਟੀਆਂ ਟਰਕਿੰਗ ਕੰਪਨੀਆਂ ਬੰਦ ਹੋਣ ਲੱਗੀਆਂ ਸੀ ਹਨਾ ਤੇ ਉਹਦੇ ਵਿੱਚ ਮੇਰੇ ਕੁਝ ਆਪ ਕੁਝ ਖਾਸ ਫਰੈਂਡ ਸੀਗੇ ਜਿਹਨਾਂ ਨੇ ਕੰਪਨੀਆਂ ਬੰਦ ਕੀਤੀਆਂ ਸੀਗੀਆਂ ਰੀਜ਼ਨ ਕੀ ਸੀ ਕਿ ਉਹਨਾਂ ਕੋਲ ਸਪੋਰਟ ਨਹੀਂ ਸੀ ਜਾਂ ਤਾਂ ਉਹਨਾਂ ਕੋਲ ਰਿਪੇਅਰ ਸ਼ਾਪ ਨਹੀਂ ਸੀ ਜਿਹੜੀਆਂ ਸ਼ਾਪਸ ਤੋਂ ਕੰਮ ਕਰਾਂਦੇ ਸੂ ਮਹਿੰਗੀਆਂ ਬਹੁਤ ਸੀ ਤੇ ਕਈ ਵਾਰ ਸ਼ਾਪਸ ਵੀ ਹੁੰਦੀਆਂ ਆ ਉਹ ਨਜਾਇਜ਼ ਕਰ ਜਾਂਦੀਆਂ ਕੰਮ ਥੋੜਾ ਹੁੰਦਾ ਆ ਆਪ ਦਾ ਪ੍ਰੋਫਿਟ ਬਣਾਉਣ ਵਾਸਤੇ ਕੰਮ ਵਧਾ ਦਿੰਦੀ ਹੈ ਜੀ ਤਾਂ ਫਿਰ ਉਹਨਾਂ ਨੂੰ ਡਿਸਪਿਊਟ ਹੁੰਦੇ ਆਗੇ ਜਾਂ ਬ੍ਰੋਕਰਸ ਵੀ ਗਲਤ ਕਰਨ ਲੱਗ ਗਏ ਸੀਗੇ ਉਹੀ ਗੱਲ ਹੈ ਵੀ ਇੱਕ ਪੇਪਰ ਨਹੀਂ ਮਿਲਿਆ ਤਾਂ ਬੰਦੇ ਸਾਰੀ ਪੇਮੈਂਟ ਉਹਨਾਂ ਰੋਕ ਲਈ ਵੀ ਤੁਸੀਂ ਐਸਾ ਨਾਲ ਕਰੋ ਵੀ ਉਹਦੀ ਪੇਮੈਂਟ ਜਿਹੜਾ ਉਹਨੂੰ ਫਾਈਨਲ ਆ ਕੇ 2000 ਦਾ ਲੋਡ ਹੈ ਤਾਂ ਮੰਨ ਲਓ ਉਹ ਕਿਉਂਕਿ ਉਹ ਜਿਹੜੇ ਬਿਲੋ ਫਲੇਡਿੰਗ ਹੈਗੇ ਆ ਉਹ ਬ੍ਰੋਕਰ ਕੋਲੇ ਵੀ ਹੁੰਦੇ ਆਗੇ ਤੇ ਜੇ ਉਹ ਚਾਹਣ ਤਾਂ ਉਹ ਆਪਦੇ ਕਲਾਇੰਟ ਤੋਂ ਵੀ ਮੰਗਵਾ ਸਕਦੇ ਪਰ ਉਹਨਾਂ ਕੋਲ ਇੱਕ ਪੁਆਇੰਟ ਹੁੰਦਾ ਹੈ ਕਿ ਐਕਸਟਰਾ ਪੈਸੀਸ ਕਿਵੇਂ ਕਮਾਣੇ ਆ ਹੂੰ ਤਾਂ ਉਹ ਟਾਈਮ ਦੇ ਵਿੱਚ ਕਿਉਂਕਿ ਜਿਹੜੇ ਉਹੀ 8-10 ਟਰੱਕ ਜਦੋਂ ਆਪਣੇ ਕੋਲ ਹੁੰਦੇ ਹੈਗੇ ਤਾਂ ਬੰਦੇ ਕੋਲ ਟਾਈਮ ਨਹੀਂ ਹੁੰਦਾ ਕਿ ਬੰਦਾ ਜਾ ਕੇ education ਲੈ ਸਕੇ ਇਹਦੇ ਬਾਰੇ ਸਟੱਡੀ ਕਰ ਸਕੇ ਕਿਉਂਕਿ ਵਿਚਾਰਾ ਉਹ ਸਟਰਗਲ ਕਰ ਰਿਹਾ ਡੇ ਟੂ ਡੇ ਲਾਈਫ ਚਲਾਉਣ ਨੂੰ ਤਾਂ ਉਹਨਾਂ ਦੀ ਸਪੋਰਟ ਵਾਸਤੇ ਕਿਉਂਕਿ ਮੈਨੂੰ ਕਾਫੀ ਕਾਲਸ ਆਉਂਦੀਆਂ ਸੀਗੀਆਂ ਵੀ ਐਵੇਂ ਹੋ ਗਿਆ ਕੋਈ ਅਨਨੋਨ ਵੀ ਹੁੰਦੇ ਸੀ ਉਹ ਵੀ ਕਾਲ ਕਰਦੇ ਸੀ ਵੀ ਸਾਡੇ ਕੋਲ ਡੀਓਟੀ ਆ ਰਹੀ ਹੈ ਰਾਈਟ ਸਾਡੀ ਆਡਿਟ ਹੋਣਾ ਹੈ ਤਾਂ ਅਸੀਂ ਕੀ ਕਰੀਏ ਸਾਨੂੰ ਆਹ ਪ੍ਰੋਬਲਮ ਹੈ ਇਹਨੂੰ ਕਿਵੇਂ ਕਰੀਏ ਤਾਂ ਜਿੰਨਾ ਮੇਥੋਂ ਹੁੰਦਾ ਸੀ ਮੈਂ ਕਰਦਾ ਸੀਗਾ ਫਿਰ ਇੱਕ ਮੇਰਾ ਬਹੁਤ ਖਾਸ ਸੀਗਾ ਉਹਦੇ ਕੋਲ ਸੱਤ ਟਰੱਕ ਸੀ ਅੱਛਾ ਜੀ ਜਦੋਂ ਉਹਨੇ ਕੰਪਨੀ ਬੰਦ ਕੀਤੀ ਨਾ ਉਸ ਦਿਨ ਮੈਨੂੰ ਜੀ ਬਹੁਤ ਦੁੱਖ ਲੱਗਿਆ ਮੈਂ ਆਪਣੇ ਬ੍ਰਦਰ ਨਾਲ ਗੱਲ ਕੀਤੀ ਯੋਗੀ ਨਾਲ ਵੀ ਯੋਗੀ ਯਾਰ ਐ ਕਰਕੇ ਹੋ ਰਿਹਾ ਵੀ ਆਪਾਂ ਕੁਝ ਕਰੀਏ ਕਿਉਂਕਿ ਅਸੀਂ ਪਹਿਲਾਂ ਸਾਰੇ ਵੱਡੇ ਲੀਡਰਸ ਕੋਲ ਗਏ ਸੀ ਇੰਡੀਆ ਨਾਲ ਜਿਹੜੇ ਵੱਡੀ ਵੱਡੀ ਕੰਪਨੀਆਂ ਸੀਗੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੁਝ ਕਰਦੇ ਕਿਉਂ ਨਾ ਤੇ ਜਦੋਂ ਬੰਦਾ ਪੈਸਾ ਬਣਾਉਂਦਾ ਹੈ ਬੰਦਾ ਖੁਸ਼ ਆ ਬੰਦਾ ਕਹਿੰਦਾ ਵੀ ਠੀਕ ਹੈ ਯਾਰ ਆਪਣਾ ਆਪ ਦਾ ਮਸਤ ਹੈ ਕਿਉਂ ਕਿਸੇ ਦੇ ਪੰਗੇ ਚ ਪੈਣਾ ਹੈਗਾ ਉਹ ਸਾਰਿਆਂ ਨੇ ਜਵਾਬ ਦਿੱਤਾ ਉਹਦੇ ਚੱਕਰ 'ਚ ਅਸੀਂ ਐਸੋਸੀਏਸ਼ਨ ਖੋਲੀ ਸੀ ਵੀ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਤੇ ਐਸੋਸੀਏਸ਼ਨ ਦੇ ਥਰੂ ਨਾਲ ਕਾਫੀ ਜ਼ਿਆਦਾ ਹੋਈ ਵੀ ਹੈਗੀ ਐ ਕਈ ਵਾਰ ਡੀਲਰਸ਼ਿਪ ਨਾਲ ਡਿਸਪੂਟ ਹੋਏ ਆ ਓਬਵੀਅਸਲੀ ਸੋਲਵ ਕੀਤੇ ਹੈਗੇ ਰੀਸੈਂਟਲੀ ਕੀਤਾ ਹੈਗਾ ਉਹਨੂੰ ਬੰਦੇ ਨੂੰ ਹੀ ਸੇਵਡ 6000 ਡਾਲਰਸ ਵਾਜੀ ਸਿਰਫ ਇੱਕ ਕਾਲ ਦੀ ਵਜ੍ਹਾ ਨਾਲ ਉਹ ਬੰਦੇ ਦੇ 6000 ਡਾਲਰ ਬਚ ਗਏ ਠੀਕ ਹੈ ਜੀ ਇੱਕ ਡਰਾਈਵਰ ਸੀਗਾ ਉਹ ਲੋਡ ਲੈ ਕੇ ਭੱਜ ਗਿਆ ਸੀਗਾ ਅੱਛਾ ਜੀ ਠੀਕ ਹੈ ਜੀ ਉਹਨੂੰ ਕਾਲ ਕੀਤੀ ਉਹਨੂੰ ਸਮਝਾਇਆ ਉਹ ਬੰਦਾ ਲੋਡ ਲੈ ਕੇ ਆਇਆ ਦੋਨੋਂ ਕੰਪਨੀ ਦੇ ਓਨਰ ਨੂੰ ਤੇ ਡਰਾਈਵਰ ਨੂੰ ਬਿਠਾ ਕੇ ਉਹਨਾਂ ਦਾ ਹੀ ਸੈਟਲਮੈਂਟ ਕਰਾਈ ਠੀਕ ਹੈ ਜੀ ਤੇ ਉਹਨਾਂ ਛੇ ਮਹੀਨੇ ਉਹ ਹਜੇ ਵੀ ਇਕੱਠੇ ਕੰਮ ਕਰੀ ਜਾਂਦੇ ਆ ਵਾਹ ਜੀ ਤੇ ਕਿੰਨੇ ਕੁ ਮੈਂਬਰ ਫਿਰ ਇਸ ਐਸੋਸੀਏਸ਼ਨ ਦੇ ਕਿੰਨੇ ਕੁ ਮੈਂਬਰ ਹੈਗੇ ਜਾਂ ਕਿੰਨਾ ਕੋ ਕੰਮ ਕਰਨਾ ਪੈਂਦਾ ਜਾਂ ਫਿਰ ਕੋਈ ਜਿਹੜੀ ਤੁਹਾਡੀ ਐਸੋਸੀਏਸ਼ਨ ਇਹ ਕੋਈ ਫੀਸ ਵੀ ਲੈਂਦੀ ਹੈ ਇਹਦੀ 500 ਡਾਲਰ ਫੀਸ ਹੈ আচ্ছা ਕਹਿੰਦੇ ਅਸੀਂ ਕਿਸੇ ਨੂੰ ਨਹੀਂ ਵੀ ਹਾਂਜੀ ਤੁਸੀਂ ਦਿਓ ਜੇ ਤੁਸੀਂ ਚੈਰਿਟੀ ਕਰਨਾ ਚਾਹੁੰਦੇ ਹੋ ਕਰੋ ਕਿਉਂਕਿ ਇਹ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੀ ਐਸਸੀ ਟਰੱਕਰਸ ਵਾਸਤੇ ਕੀਤੀ ਹੋਈ ਹੈ ਠੀਕ ਹੈ ਜੀ ਇਹ ਲੜੋਵ 100 ਮੈਂਬਰ ਸਾਡੇ ਇਸ ਤੇ ਹੈਗੇ ਹੈਗੇ ਹਾਂਜੀ ਕੁਝ ਪੇਡ ਹੈਗੇ ਕੁਝ ਨਾਨ ਪੇਡ ਹੈਗੇ ਪਰ ਆਪਾਂ ਕਿਸਨ ਕਹਿੰਦੇ ਕਿ ਉਹ ਜਿਹੜਾ ਪੈਸਾ ਹੈ ਉਹ ਆਲਟੀਮੇਟਲੀ ਉਹ ਟਰੱਕਰਸ ਨੂੰ ਹੀ ਜਾਣਾ ਹੈਗਾ ਉਹਨੇ ਸਪੋਰਟ ਵਾਸਤੇ ਜਾਣਾ ਕੋਈ ਵਕੀਲ ਹਾਇਰ ਕਰਨਾ ਪੈ ਗਿਆ ਕਿਸੇ ਵਾਸਤੇ ਨਜਾਇਜ਼ ਹੋ ਰਹੀ ਹੈ ਤਾਂ ਉਹਨੂੰ ਜਾਊਗਾ ਜੀ ਮੰਨ ਲਓ ਕੋਈ ਹਾਰਡਸ਼ਿਪ ਚ ਹੈ ਗਿਆ ਬੰਦਾ ਨਹੀਂ ਆਉਦੇ ਅਫੋਰਡ ਕਰ ਸਕਦਾ ਕੋਈ ਪੇਮੈਂਟ ਉਹਦੀ ਰਹਿ ਗਈ ਬੰਦਾ ਲੈਜਿਟਮੇਟ ਬੰਦਾ ਹੋਣਾ ਚਾਹੀਦਾ ਹੈ ਤਾਂ ਉਹਦੀ ਹੈਲਪ ਹੋ ਜਾ ਨੇ ਕਿਸੇ ਫੈਮਿਲੀ ਵਿੱਚ ਕੋਈ ਡੈਥ ਹੋ ਗਈ ਰਾਈਟ ਕੋਈ ਵਿਚਾਰਾ ਜਿਹੜਾ ਡਰਾਈਵਰ ਹੈ ਗਿਆ ਹੈ ਉਦੀ ਸਪੋਰਟ ਪਿੱਛੇ ਵੀ ਅਸੀਂ ਕੀਤੀ ਸੀ ਐਂ ਕਰਕੇ ਸੋ ਉਹ ਜਿਹੜਾ ਪੈਸਾ ਵਾਪਸ ਉਹਨਾਂ ਨੂੰ ਵੀ ਜਾਂਦਾ ਜੀ ਇਹਦੇ ਕੋਈ ਪੇਡ ਏਮਪਲੋਈ ਨਹੀਂ ਹੈਗਾ ਸਾਡੇ ਕੋਲ ਸਾਰੇ ਵੋਲੰਟੀਅਰ ਹੈ ਨਹੀਂ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਸਾਰੇ ਓਵਰਆਲ ਬਹੁਤ ਵਧੀਆ ਕੰਮ ਹੈਗੇ ਆ ਟਰੈਕਿੰਗ ਇੰਡਸਟਰੀ ਤੱਕ ਜਿਹੜੀ ਆ ਜਾਣਕਾਰੀ ਤੁਸੀਂ ਅੱਜ ਦਿੱਤੀ ਹੈ ਤੇ ਕਿਸੇ ਨੂੰ ਵੀ ਨਹੀਂ ਪਤਾ ਅੱਛਾ ਹੋਰ ਕਿਹੜੀਆਂ ਅਸੀਂ ਆਮ ਤੌਰ ਤੇ ਕੀ ਹੁੰਦਾ ਮੈਂ ਦੇਖਿਆ ਕਿ ਸੁਧਾਰਤ ਮਹੰਤ ਜੀ ਨੇ ਤੇ 5 ਸਾਲ ਪਹਿਲਾਂ ਉਹਨਾਂ ਕੋਲ ਦੋ ਛੇ ਟਰੱਕ ਸੀਗੇ ਪੰਜ ਸੀਗੇ ਤੇ ਹੁਣ ਉਹਨਾਂ ਕੋਲ 73 75 80 ਟਰੱਕ ਹੋ ਗਏ ਨੇ ਇਸ ਸਾਲ ਦੇ ਵਿੱਚ ਵੀ ਮਤਲਬ 10 ਟਰੱਕ ਤੋਂ ਵੱਧ ਦੀ ਐਵਰੇਜ ਪੈ ਗਈ ਜੀ ਜੀ ਤੇ ਮਿਰਰ ਦਾ ਬੰਦਾ फटाफट ਕੰਮ ਸ਼ੁਰੂ ਕਰਦਾ ਆਪਾਂ ਵੀ ਟਰੱਕਾਂ ਦਾ ਕਰੀਏ ਯਾਰ ਦੇਖੋ ਦੇਖ ਜਿਹੜਾ ਕਰਦੇ ਆ ਪਰ ਉਹ ਉਹਨਾਂ ਨੂੰ ਕਿੰਨੀਆਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੇ ਕੋਈ ਟਰਕਿੰਗ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਰੂਲਸ ਐਂਡ ਰੈਗੂਲੇਸ਼ਨ ਸਭ ਤੋਂ ਪਹਿਲਾਂ ਕੰਪਨੀ ਦੀ ਪਾਲਿਸੀ ਬਣਾਓ ਪਹਿਲਾਂ ਤੁਸੀਂ ਇਹ ਦੇਖੋ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਪ੍ਰੋਡਕਟ ਤੁਸੀਂ ਹਾਲ ਕਰਨਾ ਚਾਹੁੰਦੇ ਹੋ ਕਿਹੜੇ ਏਰੀਆ ਤੁਸੀਂ ਰਹਿਣਾ ਚਾਹੁੰਦੇ ਹੋ ਤੇ ਕਿੰਨੇ ਕੀ ਤੁਸੀਂ ਸਰਦਰਦੀ ਲੈ ਸਕਦੀ ਹੈ ਅੱਛਾ ਤੇ ਕੀ ਤੁਸੀਂ ਅਫੋਰਡ ਕਰ ਸਕਦੇ ਹੋ ਮੇਰਾ ਸੁਜੈਸ਼ਨ ਹਮੇਸ਼ਾ ਹੁੰਦਾ ਹੈਗਾ ਕਿ ਹਰੇਕ ਟਰੱਕ ਮਗਰ ਤੁਹਾਡੇ ਕੋਲ 10000 ਡਾਲਰ ਤੁਹਾਡੇ ਕੋਲ ਆਪਦੀ ਸੇਵਿੰਗ ਚ ਹੋਣਾ ਚਾਹੀਦਾ ਹੈ ਵਾਹ ਜੀ ਵੇਲੇਕ ਵੇਲੇ ਤੁਹਾਨੂੰ ਕੋਈ ਡਰਾਈਵਰ ਨੂੰ ਐਕਸਟਰਾ ਦੇਣਾ ਪਵੇ ਕੋਈ ਟਰੱਕ ਬ੍ਰੇਕਡਾਊਨ ਹੋ ਜਾਏ ਠੀਕ ਹੈ ਜੀ ਤਾਂ ਇੰਸ਼ੋਰੈਂਸ ਦਾ ਆ ਜਾਂਦਾ ਹੈਗਾ ਕੁਝ ਵੀ ਹੈ ਕੋਈ ਫਿਊਲ ਵਾਸਤੇ ਤੁਹਾਡੇ ਕੋਲ ਇੱਕ ਟਰੱਕ ਦੇ ਮਗਰ 10000 ਡਾਲ ਇਹ ਵੀ ਬੜੀ ਵਧੀਆ ਗੱਲ ਹੈ ਕਿਉਂਕਿ ਆਮ ਤੌਰ ਤੇ ਸਾਡੀ ਪੰਜਾਬੀਆਂ ਦੀ ਫਿਤਰਤ ਇਹ ਹੈ ਚਲੋ ਚਾਹੇ ਤੁਸੀਂ ਹਰਿਆਣੇ ਤੋਂ ਅਸੀਂ ਪੰਜਾਬ ਤੋਂ ਫਿਤਰਤ ਇਹ ਹੈ ਕਿ ਜਦੋਂ ਸਾਡੇ ਕੋਲ ਪੈਸਾ ਆਇਆ ਉਦੋਂ ਅਸੀਂ ਇਹ ਲੱਗਦਾ ਵੀ ਆਈ ਜਾਣਾ ਉਦੋਂ ਚਲੋ ਜੀ ਇੰਡੀਆ ਲੈ ਲਈ ਜਾ ਕੇ ਉੱਥੇ ਜ਼ਮੀਨ ਲੈ ਲਓ ਨਾਲ ਦੀ ਜਿਹੜੀ ਵਿਕਦੀ ਹੈ ਤੇ ਉਹ ਲੈ ਲਓ ਸੋ ਆਹ ਪੁਆਇੰਟ ਜਿਹੜਾ ਬਹੁਤ ਵੱਡਾ ਹੈਗਾ ਕਿ ਸਾਨੂੰ ਪਰ ਟਰੱਕ ਜਿਹੜਾ ਰੱਖਣਾ ਚਾਹੀਦਾ ਜ਼ਰੂਰੀ ਹੈ ਸੇਵਿੰਗ ਹੋਣੀ ਚਾਹੀਦੀ ਹੈ ਬਾਕੀ ਜਿਹੜੇ ਰੂਲਸ ਗਵਰਨਮੈਂਟ ਨੇ ਬਣਾਏ ਆਪਣੀ ਸੇਫਟੀ ਵਾਸਤੇ ਬਣਾਏ ਉਹਨਾਂ ਨੂੰ ਫਾਲੋ ਕਰੋ ਸਾਨੂੰ ਨਾਲ ਇੰਪੋਰਟੈਂਟ ਇਹ ਹੈ ਕੀ ਤੁਹਾਡੀ ਕੰਪਨੀ ਦੇ ਗਾਈਡਲਾਈਨਸ ਹੋਣੇ ਚਾਹੀਦੇ ਆ ਡਰਾਈਵਰ ਨੂੰ ਸਿੱਧਾ ਹਾਇਰ ਨਾ ਕਰੋ ਡਰਾਈਵਰ ਨਾਲ ਬੈਠੋ ਉਹਨੂੰ ਆਪਦੀ ਕੰਪਨੀ ਦੇ ਪਾਲਿਸੀ ਬਾਰੇ ਸਮਝਾਓ ਠੀਕ ਹੈ ਤੇ ਉਹਦੇ ਨਾਲ ਟਾਈਮ ਸਪੈਂਡ ਕਰੋ ਉਹਨੂੰ ਜਾਣੋ ਕਿ ਉਹ ਕੌਣ ਹੈ ਉਹ ਕੀ ਚਾਹੁੰਦਾ ਹੈ ਉਹ ਕਿੱਥੇ ਜਾਣਾ ਚਾਹੁੰਦਾ ਹੈ ਉਹਦੀ ਫੈਮਿਲੀ ਵਿੱਚ ਕੌਣ ਹੈ ਕਿਉਂਕਿ ਉਹ ਤੁਹਾਡੇ ਨਾਲ ਕੰਮ ਕਰੂਗਾ ਤੁਹਾਡਾ ਫੈਮਿਲੀ ਮੈਂਬਰ ਵਾਂਗ ਹੋਣਾ ਚਾਹੀਦਾ ਉਹਨੂੰ ਡਰਾਈਵਰ ਵਾਂਗੂ ਟ੍ਰੀਟ ਨਾ ਕਰੋ ਕਿ ਬਾਹਰੋਂ ਸਿਰਫ ਇਹਨੇ ਮੇਰਾ ਜਿਹੜਾ ਪਰਪਸ ਸਰਵ ਕਰਨਾ ਹੈ ਉਹਨੂੰ ਐਜ਼ ਅ ਫੈਮਿਲੀ ਮੈਂਬਰ ਲੈ ਕੇ ਚੱਲੋਗੇ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਉਹਨੇ ਤੁਹਾਡੀ ਕੇਅਰ ਕਰਨੀ ਹੈ ਤੁਹਾਡੇ ਟਰੱਕ ਦੀ ਕੇਅਰ ਕਰਨੀ ਹੈ ਤੁਹਾਡੇ ਪ੍ਰੋਡਕਟ ਦੀ ਤੁਹਾਡੇ ਕਸਟਮਰ ਦੀ ਕੇਅਰ ਕਰੂਗਾ ਇੱਕ ਡਰਾਈਵਰਾਂ ਦਾ ਇਹ ਨਾ ਜੀ ਕਮੀ ਕਰਕੇ ਤੇ ਬੰਦਾ ਕਈ ਵਾਰੀ ਬਾਲਾ ਸੋਚਦਿਆਂ ਵਿੱਚ ਉਹਨੂੰ ਇੱਕ ਵਾਰੀ ਰੱਖਦੇ ਬਾਅਦ ਵਿੱਚ ਦੇਖੀ ਜਾਉ ਇਹ ਤੇ ਬਹੁਤ ਜ਼ਰੂਰੀ ਗੱਲਾਂ ਨੇ ਜਿਹੜੀਆਂ ਤੁਸੀਂ ਅੱਜ ਦੱਸੀਆਂ ਨੇ ਬਹੁਤ ਹੀ ਜ਼ਰੂਰੀ ਗੱਲਾਂ ਬਹੁਤ ਵਧੀਆ ਲ ਤੁਹਾਡੀ ਜਿਵੇਂ ਸ਼ੁਰੂਤ ਗੱਲ ਕੀਤੀ ਹੈ ਰਾਤੀ ਅਸੀਂ ਪ੍ਰੋਗਰਾਮ ਕੀਤਾ ਉੱਥੇ 15-20 ਜਣੇ ਸੀਗੇ ਤੇ ਉਹਨਾਂ ਦੇ ਸਾਰਿਆਂ ਨੂੰ ਹੀ ਫੋਨ ਆ ਗਏ ਕਿਸੇ ਨਾ ਕਿਸੇ ਦੇ ਜਿਹੜੇ ਜਿਹੜੇ ਮਿਲੇ ਵੀ ਨਹੀਂ ਸੀ ਕਦੇ ਉਹਨਾਂ ਦੇ ਵੀ ਫੋਨ ਫੋਨ ਆ ਗਏ ਸੋ ਬੈਕਗਰਾਉਂਡ ਜ਼ਰੂਰ ਜਾਣਨੀ ਚਾਹਵਾਂਗਾ ਮੈਂ ਵੀ ਤੇ ਸਾਡੇ ਦਰਸ਼ਕ ਵੀ ਅ ਮੈਂ ਜੀ ਬੇਸਿਕਲੀ ਇੰਡੀਆ ਤੋਂ ਬਿਲੋਂਗ ਕਰਦਾ ਹਾਂ ਆਫਕੋਰਸ ਬੌਰਨ ਐਂਡ ਗrown ਉੱਪਰ ਤੇ ਸਰਸੇ ਮੈਂ ਰਹਿ ਆਇਆਂਗਾ ਪੰਜਵੀਂ ਕਲਾਸ ਤੱਕਰ ਉਸ ਤੋਂ ਬਾਅਦ ਮੈਂ ਦਿਰਦ ਹੁੰ ਚਲਾ ਗਿਆ ਸੀ ਐਜੂਕੇਸ਼ਨ ਮੇਰੀ ਦਿਰਦ ਹੁੰਦੀ ਹੈ ਦਸਵੀਂ ਤੱਕਰ 11ਵੀਂ 12ਵੀਂ ਤੇ ਕੁਝ ਕਾਲਜ ਮੈਂ ਅ ਸਰਸੇ ਕੀਤਾਗਾ ਬੈਸ਼ਮਲ ਕਾਲਜ ਕਾਲਜ ਮੈਂ ਫਾਈਨਲイヤー ਡਰਾਪਆਊਟ ਆ ਮੈਂ ਬੇਸਿਕਲੀ ਮੈਂ 12 ਪੜਿਆ ਹੋਇਆ ਮੈਂ ਜੀ ਅੱਛਾ ਇਮਾਨਦਾਰੀ ਨਹੀਂ ਪਰ ਜਾਣਕਾਰੀ ਦੇ ਹਿਸਾਬ ਨਾਲ ਨਹੀਂ ਲੱਗਦਾ ਅੱਛਾ ਮਤਲਬ ਬੇਸ਼ੱਕ 12 ਪੜਿਆ ਹੋ ਤਾਂ ਫਿਰ ਇੰਨੀ ਜਾਣਕਾਰੀ ਨਹੀਂ ਇਨਫੋਰਮੇਸ਼ਨ ਮਤਲਬ ਪੜ੍ਹ ਕੇ ਤੁਹਾਨੂੰ ਜਾਂ ਯੇ ਵੇ ਤੁਸੀਂ ਵੈਬਸਾਈਟ ਦੀ ਗੱਲ ਕੀਤੀ ਹੈ ਬਾਲੇ ਟਰੱਕਾਂ ਵਾਲੇ ਤੋਂ ਖੋਲ ਕੇ ਵੀ ਨਹੀਂ ਦੇਖੀ ਹੋਣੀ ਅਜੇ ਤੱਕ ਜਿੱਥੇ ਸਾਰੀ ਜਾਣਕਾਰੀ ਹੁੰਦੀ ਹੈ ਫਿਰ ਕਿੱਦਾਂ ਜਾਣਕਾਰੀ ਸਾਰੀ ਇਕੱਠੀ ਕਰਦੇ ਹੈਂ ਠੋਕੜਾ ਖਾ ਖਾ ਕੇ ਜੀ ਹਾਂ ਇਹ ਆ ਬਦਾਮਖਾਨ ਨੰਨੀ ਅਕਲ ਹੁੰਦੀ ਹਾਂਜੀ ਹਾਂ ਠੋਕੜਾ ਖਾਣ ਦੇ ਨਾਲ ਅਕਲ ਆਉਂਦੀ ਹੈ ਨਹੀਂ ਮੈਨੂੰ ਜਿਵੇਂ ਕੋਈ ਐਡਵਾਈਸ ਦਿੰਦਾ ਹੈਗਾ ਤਾਂ ਮੈਂ ਉਹਦੇ ਜਰੂਰ ਸੁਣਦਾ ਹੈਗਾ ਠੀਕ ਹੈ ਤੇ ਉਹਨੂੰ ਫੋਲੋ ਵੀ ਕਰਦਾ ਹੈਗਾ ਜੇ ਅੱਜ ਅੱਜ ਮੈਂ ਇਸ ਪੋਜੀਸ਼ਨ ਤੇ ਹੈਗਾ ਉਹ ਇਹ ਨਹੀਂ ਕਿ ਮੈਂ ਆਪਦੀ ਵਜ੍ਹਾ ਨਾਲ ਆਇਆ ਹੈਗਾ ਉਹ ਜਿਹੜੇ ਲੋਕਾਂ ਨੇ ਮੈਨੂੰ ਸਪੋਰਟ ਕੀਤੀ ਹੈ ਕਈ ਵਾਰ ਆਪਾਂ ਲਾ ਦੈ ਕਿ ਬੰਦਾ ਮੇਰੇ ਨਾਲ ਗ ਉਤੋਖਿਆਂ ਦੇ ਵਿੱਚ ਵੀ ਜੇ ਤੁਸੀਂ ਚਾਹੋ ਤਾਂ ਕੁਝ ਅੱਛਾ ਕੱਢ ਸਕਦੇ ਹੋਗੇ ਉਹਦੇ ਤੋਂ ਲੈਸਨ ਲਰਨ ਕਰ ਸਕਦੇ ਹੋਗੇ ਤੇ ਮੇਰੇ ਨਾਲ ਵੀ ਹੋਇਆ ਕੁਝ ਥੋੜੇ ਬਹੁਤ ਹੋਇਆ ਪਰ ਉਹ ਲੋਕ ਵੀ ਬਹੁਤ ਅੱਛੇ ਸੀ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈਗਾ ਵਾਹ ਜੀ ਵਾਹ ਤੇ ਇਹ ਗੱਲਾਂ ਅਸੀਂ ਹੋਰ ਵੀ ਕਰਾਂਗੇ ਅਜੇ ਤੁਹਾਡੇ ਨਾਲ ਜਿਹੜਾ ਇੱਕ ਹੋਰ ਵੱਖਰਾ ਪੱਖ ਤੁਹਾਡਾ ਹੈਗਾ ਉਹਦੇ ਬਾਰੇ ਵੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਜਰੂਰ ਸਾਂਝੀ ਕਰਾਂਗੇ ਤੇ ਇੱਕ ਬ੍ਰੇਕ ਲੈਣਾ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਤੇ ਸੁਧਾਰਥ ਮਹੰਤ ਜੀ ਸਾਡੇ ਨਾਲ ਅੱਜ ਮਹਿਮਾਨ ਨੇ ਇੰਡੀਅਨ ਐਪਲਸ ਤੋਂ ਹੋਰ ਗੱਲਾਂ ਇਹਨਾਂ ਨਾਲ ਕਰਾਂਗੇ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੰਗੀ ਬਹੁਤ ਹੀ ਵਧੀਆ ਜਾਣਕਾਰੀ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਸਦਾਰਥ ਮੰਤ ਜੀ ਸਾਡੇ ਮਹਿਮਾਨ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਹੁਣ ਗੱਲ ਕਰਦੇ ਹਾਂ ਬਹੁਤ ਵਧੀਆ ਵੈਸੇ ਤਾਂ ਮੈਨੂੰ ਜਿਵੇਂ ਲੱਗਦਾ ਕਿ ਅਸੀਂ ਭਾਵੇਂ 2 ਘੰਟੇ ਇਹ ਇਨਫੋਰਮੇਸ਼ਨ ਦੇਈ ਜੀ ਮੈਂ ਤਾਂ ਇਹ ਕਹੂੰਗਾ ਵੀ ਅਸੀਂ ਹਰ ਹਫ਼ਤੇ ਕੋਈ ਨਾ ਕੋਈ ਅਜਿਹਾ ਦਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਵੀਕਲੀ ਇਹ ਜਾਣ ਟਰੱਕਾਂ ਨਾਲ ਜਾਣਕਾਰੀ ਸੰਬੰਧਿਤ ਚਲੋ ਉਹ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਹੁਣ ਫਿਲਹਾਲ ਜਿਹੜੀ ਗੱਲ ਹੈਗੀ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਵੀ ਐਂਟਰਟੇਨਮੈਂਟ ਨਾਲ ਕਾਫੀ ਸੰਬੰਧਿਤ ਰਹੇ ਹੋ ਔਰ ਤੁਸੀਂ ਮਾਡਲਿੰਗ ਵਗੈਰਾ ਵੀ ਕੀਤੀ ਆਪ ਵੀ? ਅ ਇੱਕ ਸ਼ੌਂਕ ਹੁੰਦਾ ਸੀ ਇਹ। ਨੀਉਤ ਕੀ ਲੱਗਦਾ ਸੀ? ਹਾਂਜੀ। ਆ ਰੈ ਮਾਡਲ ਬਣਾ ਦਾ ਸ਼ੌਂਕ ਸੀਗਾ। ਅੱਛਾ ਜੀ। ਠੀਕ ਹੈ ਸਾਡੇ ਟਾਈਮ ਤੇ ਅਰਜੁਨ ਰਾਮਪਾਲ ਜਿਹੜਾ ਹੁੰਦਾ ਸੀ ਉਹ ਕਾਫੀ ਉੱਤੇ ਠੀਕ ਹੈ ਜੀ। ਬਟ ਅ ਕਾਤੇ ਛੋਟਾ ਸੀ। ਰਾਈਟ ਆਮ 5 ਫੁੱਟ 6 ਇੰਚਸ ਤਾਂ ਰੈਮ ਤਾਂ ਕਰ ਨਹੀਂ ਸਕਦਾ ਸੀ। ਤਾਂ ਸਾਡੇ ਰਿਸ਼ਤੇਦਾਰ ਸੀ ਉਹਨਾਂ ਦੀ ਕੰਪਨੀ ਸੀਗੀ ਇਮੋਲ ਉਹ ਪੈਰੀ ਸਟੋਰਨ ਕਰਦੇ ਹੁੰਦੇ ਸੀਗੇ। ਤਾ ਉਹ ਕਹਿੰਦੇ ਵੀ ਤੂੰ ਵੈਸੇ ਤਾਂ ਨਹੀਂ ਕਰ ਸਕਦਾ ਪਰ ਈ ਮਾਡਲਿੰਗ ਕਰ ਸਕਦਾ ਹੈਗਾ ਤਾਂ ਰੇਮੈਂਡ ਵਗੈਰਾ ਦੂਜਾ ਵਸਤੂ ਕਰ ਸਕਦਾ ਹੈ ਤਾਂ ਵਿਚ ਇਜ਼ ਆਨਲਾਈਨ ਉਸ ਟਾਈਮ ਤੇ ਕਿਹ ਅਰਾ ਸ਼ੁਰੂ ਹੋਇਆ ਸੀਗਾ ਆਨਲਾਈਨ ਦਾ ਮਾਡਲ ਵਗੈਰਾ ਉਹਦੇ ਤੇ ਆਪਦੀ ਫੋਟੋ ਵਗੈਰਾ ਪਾਉਂਦੇ ਸੀ ਤੇ ਉੱਥੋਂ ਤੁਹਾਨੂੰ ਪਿਕ ਕਰਦੇ ਸੀ ਤੇ ਬੇਸਿਕਲੀ ਉਹੋ ਜਿਹੜੇ ਪੋਸਟਰ ਮਾਡਲ ਹੁੰਦੇ ਸੀ ਉਹ ਹੀ ਹੁੰਦੇ ਸੀਗੇ ਤਾਂ ਉਹਦੇ ਚ ਮੈਂ ਪਰਟੀਸਿਪੇਟ ਕੀਤਾ ਸੀਗਾ ਤਾਂ ਮੈਂ ਉਹਨਾਂ ਦੀ ਬੇਸਿਕਲੀ ਫਰੈਂਚਾਈਜ਼ ਲੈ ਕੇ ਸਰਸਾ ਤੋਂ ਸ਼ੁਰੂ ਕੀਤੀ ਸਰਸਾ ਸਾਡਾ ਉਹ ਪਿੰਡ ਹੁੰਦਾ ਸੀਗਾ right ਇੱਕ ਕੋਲਿਜ ਹੁੰਦਾ ਸੀਗਾ ਬਹੁਤ ਬੇਸਿਕ ਜਿਹਾ ਪਿੰਡ ਵਾਲਾ ਸਾਫ਼ ਸੀ ਉਸ ਟਾਈਮ ਦੇ ਵਿੱਚ ਤਾਂ ਮੇ ਮੈਨੂੰ ਸਾਰੇ ਮਜ਼ਾਕ ਕਰਦੇ ਸੀਗੇ ਲੋਕ ਵੀ ਸਾਡੇ ਜਿਹੜੇ ਆਰਟਸ ਪੜ੍ਹੋ ਸਾਡੇ ਸੀ ਮੈਂ ਆਫਿਸ ਖੋਲੇ ਬਹੁਤ ਸੋਹਣਾ ਤਾਂ ਉਹ ਕਹਿੰਦੇ ਸੀ ਵੀ ਜਿੱਦ ਨੇ ਫੇਲ ਹੋਇਆ ਜੋਗੀ ਬਹੁਤ ਛੇਤੀ ਹੋ ਜੂਗਾ ਮੈਂ ਕੁਰਸੀ ਲੈ ਕੇ ਜਾਊਂਗਾ ਦੀ ਜਾ ਕੇ ਮੈਂ ਟੇਬਲ ਲੈ ਕੇ ਜਾਊਂ ਤੁਹਾਨੂੰ ਪਤਾ ਹੈ ਕ੍ਰਿਟਿਸਿਜ਼ਮ ਹੁੰਦਾ ਹੈਗਾ ਬਿਲਕੁਲ ਲੱਤ ਖਿੱਚਣ ਵਾਲੇ ਬਹੁਤ ਬਹੁਤ ਹੁੰਦਾ ਹੈ ਜੀ ਤੇ ਅਨਫੋਰਚਨਟਲੀ ਉਹ ਚੀਜ਼ ਨਹੀਂ ਹੋਈ ਤੇ ਮੈਂ ਆਪਦੇ ਡਟਿਆ ਰਿਹਾ ਮੈਂ ਕਹ ਦੋ ਆਪ ਦੇ ਨਾਲ ਹੈ ਜੇ ਬੰਦੇ ਲੱਭੇ ਜਿਹੜੇ ਉਹ ਇੰਡਸਟਰੀ ਤੇ ਬਿਲੋਂਗ ਕਰਦੇ ਸੀਗੇ ਅਮਨਿੰਦਰ ਹੁੰਦਾ ਸੀ ਅਮਨਿੰਦਰ ਗਿੱਲ ਹੁੰਦਾ ਸੀ ਉਸ ਟਾਈਮ ਮਿਸਟਰ ਪੰਜਾਬ ਰਹਾ ਸੀਗਾ ਉਹ ਮਿਸਟਰ ਇੰਡੀਆ ਰਨਰ ਆਪ ਸੀਗਾ ਉਹ ਮੈਂ ਗਲਤੀ ਨਾਲ ਉਹਨਾਂ ਨੂੰ ਮਿਲਿਆ ਕਿਤੇ ਤਾਂ ਅਸੀਂ ਕੰਮ ਇਕੱਠੇ ਸ਼ੁਰੂ ਕੀਤਾ ਤਾਂ ਉਦੋਂ ਫਿਰ ਅਸੀਂ ਜਿਹੜੇ ਸਾਡੇ ਸਰਸੇ ਹਲਕੇ ਤੋਂ ਹੀ ਸਾਰ ਸਿਰਸਾ ਉਹ ਏਰੀਆ ਹੁੰਦਾ ਬੈਕਵਾਰਡ ਏਰੀਆ ਸੀਗਾ ਤਾਂ ਉੱਥੋਂ ਜਿੰਨੇ ਵੀ ਮੁੰਡੇ ਕੁੜੀਆਂ ਹੁੰਦੇ ਸੀਗੇ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਸੀਗਾ ਮੈਨੂੰ ਲੈ ਕੇ ਆਂਦੇ ਸੀ ਏਜੰਸੀ ਬਿਠਾ ਕੇ ਉਹਨਾਂ ਨੂੰ ਰਾਈਟ ਪੇਪਰ ਸਾਈਨ ਅਪ ਕਰਕੇ ਤਾਂ ਫਿਰ ਮੈਂ ਉਹਨਾਂ ਨੂੰ ਚੰਡੀਗੜ੍ਹ ਅੱਗੇ ਚੰਡੀਗੜ੍ਹ ਜਾਂ ਦਿੱਲੀ ਉਹਨਾਂ ਨੂੰ ਦਿੰਦਾ ਸੀ ਕਿਹਾ ਤੁਸੀਂ ਉੱਥੇ ਅਗੇਜੰਟ ਹੁੰਦੇ ਸੀ ਉਹਨਾਂ ਨੂੰ ਦਿੰਦਾ ਸੀ ਉਹ ਮੈਨੂੰ 500 500 ਰੁਪਏ ਫੀਸ ਦਿੰਦੇ ਹੁੰਦੇ ਸੀ ਪਰ ਅਗੇਜੰਟ ਮਗਰ ਪਰ ਮੈਨੂੰ ਸ਼ੌਂਕ ਹੁੰਦਾ ਸੀ ਤੇ ਮੈਂ ਇੰਨਾ ਕ੍ਰੇਜ਼ੀ ਹੁੰਦਾ ਸੀ ਵੀ ਜੇ ਮੈਂ ਕੋਈ ਰਕਸ਼ੇ ਤੇ ਜਾਈ ਜਾਂਦਾ ਨਾ ਮੁੰਡਾ ਜਾਂ ਕੁੜੀ ਬੈਠਾ ਕੋਈ ਜਾਈ ਜਾਂਦਾ ਰਕਸ਼ੇ ਤੇ ਤੇ ਮੈਂ ਗੱਡੀ ਤੇ ਜਾਂਦਾ ਮੈਂ ਉਹਨੂੰ ਦੇਖਦਾ ਸੀ ਮੈਨੂੰ ਬਹੁਤ ਅੱਛੇ ਵੀ ਅਪੀਲਿੰਗ ਲੱਗਦੇ ਸੀ ਬਟ ਦੇ ਕੈਨ ਬੀ ਸਮਥਿੰਗ ਮੈਂ ਗੱਡੀ ਅੱਗੇ ਰੋਕ ਕੇ ਰਾਖਸ਼ੇ ਦੇ ਅੱਗੇ ਰੋਕ ਕੇ ਮੈਂ ਉਹਨਾਂ ਨੂੰ ਰੋਕ ਕੇ ਆ ਦਾ ਕਾਰਡ ਦਿੰਦਾ ਸੀ ਯੂ ਨੀਡ ਟੂ ਕਮ ਐਂਡ ਸੀ ਇਨ ਮਾਈ ਆਫਿਸ ਤੇ ਮੈਂ ਬਹੁਤ ਅੱਛੇ ਅੱਛੇ ਉਸ ਹਾਵ ਨਾਲ ਆਏ ਵੀ ਹੈਗੇ ਉਸ ਤੋਂ ਬਾਅਦ ਮੇਰੇ ਜਿਹੜੇ ਮੇਰੇ ਏਜੰਸੀ ਚੋਂ ਮੁੰਡੇ ਗਏ ਹੈਗੇ ਉਹ ਮਿਸਟਰ ਪੰਜਾਬ ਟਿੱਕਰ ਪੁਹੇ ਹੈ ਉਸ ਵੇ ਮੈਂ ਸ਼ੋ ਵੀ ਕਰਵਾਇਆਗਾ ਮਿਸਟਰ ਐਂਡ ਮਿਸ ਪੰਜਾਬ ਸ਼ੋ ਵੀ ਕਰਾਇਆ ਸੀਗਾ ਹਾਂਜੀ ਰੈਮ ਮਾਡਲ ਵੀ ਸੋ ਥੋੜਾ ਬਹੁਤ ਮੈ ਜਿੰਨਾ ਮੇਰਾ ਸ਼ੌਂਕ ਸੀਗਾ ਉਹ ਮੈਂ ਸ਼ੌਂਕ ਪੂਰਾ ਕੀਤਾ ਉਹ ਵੀ ਮੇਰਾ ਸ਼ੌਂਕ ਉਹ ਵੀ ਪੂਰਾ ਮੇਰੀ ਮੈਰਿਜ ਹੋ ਗਈ ਸੀ ਮੈਰਿਜ ਤੋਂ ਬਾਅਦ ਮੈਂ ਇੱਥੇ ਆ ਗਿਆ ਸੀ ਨਹੀਂ ਮੈਨੂੰ ਤੋਂ ਬਾਅਦ ਮਤਲਬ ਫਿਰ ਸ਼ੌਕ ਕਿੱਧਰ ਗਿਆ ਸ਼ੌਂਕ ਵਿੱਚ ਹੀ ਹਜੇ ਵੀ ਨਹੀਂ ਹੁਣ ਮੈਂ ਜਿਹੜੀ ਗੱਲ ਕਹ ਅਕਸਰ ਕਰਦਾ ਜੀ ਤੁਸੀਂ ਇੱਧਰ ਵੀ ਕਾਫੀ ਸਰਗਰਮ ਹੋ ਹੁਣ ਕੰਮਕਾਰ ਦੇ ਵਿੱਚ ਵੈਸੇ ਟਾਈਮ ਨਹੀਂ ਮਿਲਦਾ ਪਰ ਮੈਨੂੰ ਪਤਾ ਲੱਗਿਆ ਸੀ ਵੀ ਤੁਸੀਂ ਹਜੇ ਵੀ ਫਿਲਮ ਲਾਈਨ ਦੇ ਵਿੱਚ ਸਰਗਰਮ ਹੈਗੇ ਉਹ ਕੀ ਕੋਈ ਪ੍ਰੋਜੈਕਟ ਵਗੈਰਾ ਕਰ ਰਹੇ ਹੋ ਅੱਗੇ ਉਹਨਾਂ ਨਾਲ ਸੰਬੰਧ ਦੇ ਵਿੱਚ ਜਾਂ ਤੁਸੀਂ ਐਜ਼ ਐਨ ਐਕਟਿੰਗ ਐਕਟਿੰਗ ਵੀ ਕੀਤੀ ਕਿਸੇ ਉਹਦੇ 'ਚ ਨਹੀਂ ਮੈਂ ਇੱਕ ਦੋ ਛੋਟੇ ਰੋਲ ਕੀਤੇ ਆ ਫੀਚਰ ਫਿਲਮ 'ਚ ਪੂਰੇ ਹਾਲੀਵੁੱਡ ਦੇ ਤੇ ਬਟ ਮਾਈਕਰੋਸਾਫਟ ਵਾਸਤੇ ਗੂਗਲ ਵਾਸਤੇ ਐਮਾਜ਼ੋਨ ਵਾਸਤੇ ਬੋਇੰਗ ਵਾਸਤੇ ਯਾਰ ਉਹਨਾਂ ਵਾਸਤੇ ਮੈਂ ਐਜੂਕੇਸ਼ਨਲ ਕੀਤੇ ਹੋਏ ਹਾਂ ਦੀ ਸੈਟਲ ਦੇ ਵਿੱਚ ਤੇ ਜਦੋਂ ਮੈਂ ਸ਼ੁਰੂ ਹੋਇਆ ਸੀਗਾ ਰਫਲੀ ਉਸ ਟਾਈਮ 'ਚ ਪੇ ਕਰਦੇ ਸੀਗੇ ਸਟਿਪੂਲੇਸ਼ਨ ਸੀ ਪੂਰੇ ਦਿਨ ਦੇ 80 ਡਾਲਰ ਪੇ ਕਰਤੇ ਸੀ ਅੱਛਾ ਜੀ ਤੇ 1 ਸਾਲ ਬਾਅਦ ਉਹ ਮੈਨੂੰ ਰਫਲੀ 1200 ਡਾਲਰ 2 ਘੰਟੇ ਪੇ ਕਰਨ ਲੱਗੇ ਸੀਗੇ ਅੱਛਾ ਜੀ ਹਾਂਜੀ ਸੋ ਉਹਦੇ ਵਿੱਚ ਵੀ ਮੈਂ ਲੱਕੀ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਸਿਆਟਲ ਦੇ ਵਿੱਚ ਕੋਈ ਇੰਡੀਅਨ ਨਹੀਂ ਸੀਗਾ ਹੋਰ ਵੀ ਜਿਹੜਾ ਕਿ ਉਸ ਰੋਲਸ ਵਾਸਤੇ ਕੋਈ ਆ ਜਾਂਦਾ ਤਾਂ ਉਹ ਮੈਨੂੰ ਕਾਲ ਕਰਦੇ ਸੀ ਵੀ ਆ ਜਾ ਵੀ ਆਹ ਰੋਲ ਹੈਗਾ ਐਜੂਕੇਸ਼ਨਲ ਹੈਗਾ ਮਾਈਕਰੋਸਾਫਟ ਵਾਸਤੇ ਇੰਟਰਨਲ ਟ੍ਰੇਨਿੰਗ ਦਾ ਹੈਗਾ ਸੋ ਕਮ ਆਨ ਇਨ ਉਪੇ ਯੂ ਥਿਸ ਮੱਚ ਮਨੀ ਤੇ ਹੁਣ ਅੱਗੇ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਨੂੰ ਪਤਾ ਜੀ ਨਹੀਂ ਨਹੀਂ ਦੇਖੋ ਪ੍ਰਮਾਤਮਾ ਨੇ ਤਾਂ ਪਤਾ ਪ੍ਰਮਾਤਮਾ ਨੂੰ ਪਰ ਪਹਿਲਾਂ ਤੁਹਾਡੇ ਦਿਲ ਨੂੰ ਪਤਾ ਹੁੰਦਾ ਫਿਰ ਪ੍ਰਮਾਤਮਾ ਨਾਲ ਸਾਥ ਦਿੰਦਾ ਤੇ ਕੋਈ ਫਿਲਮ ਵਗੈਰਾ ਦਾ ਪ੍ਰੋਜੈਕਟ ਰੰਭ ਰਿਹਾ ਜਾਂ ਰੰਬਿਆ ਹੋਇਆ ਕੁਝ ਹਾਂ ਜੀ ਅਗੀ ਭਾਜੀ ਮੈਂ ਤਾਂ ਪੁੱਛ ਰਿਹਾ ਮੈਨੂੰ ਵੀ ਰੋਲ ਮਿਲ ਜੂਵੇ ਚ ਨਹੀਂ ਤੁਸੀਂ ਤਾਂ ਸਾਡੇ ਤੋਂ ਬਹੁਤ ਸੀਨੀਅਰ ਹੋਗੇ ਰਾਈਟ ਤੇ ਤਾਂ ਸਿੱਖ ਸਕਦੇ ਤੁਹਾਡੇ ਤੋਂ ਅਮ ਹਾਂ ਜੀ ਮੇਰੇ ਇੱਕ ਦੋ ਫਰੈਂਡਸ ਹੈਗੇ ਆਗੇ ਚੱਲ ਰਿਹਾ ਪ੍ਰੋਜੈਕਟ ਹਾਂ ਜੀ ਪ੍ਰੋਜੈਕਟ ਹੈਗੇ ਉਹ ਤੇ ਵਰਕਿੰਗ ਹੈ ਲਾਸਟ ਈਅਰ ਅਸੀਂ ਕਰਨਾ ਸੀ ਕੋਵਿਡ ਦੇ ਵੇਲੇ ਨਾਲ ਉਹ ਸਾਰਾ ਕੁਝ ਸ਼ਟਡਨ ਹੋ ਗਿਆ ਤੇ ਇੰਡੀਆਨਾ ਗਵਰਨਮੈਂਟ ਹੈ ਉਹ ਵੀ ਹੈਲਪ ਕਰਨ ਨੂੰ ਤਿਆਰ ਹੈ ਕਿ ਵੀ ਤੁਸੀਂ ਇੱਥੇ ਪ੍ਰੋਜੈਕਟ ਲਿਆ ਇਨ ਫੈਕਟ ਆਊਟ ਸੇ ਜਿੰਨੇ ਵੀ ਹੁਣ ਦੇਖ ਰਹੇ ਹੈਗੇ ਟੀਵੀ ਜੇ ਤੁਹਾਡੇ ਚੋਂ ਕੋਈ ਇੰਟਰਸਟਿਡ ਹੈਗੇ ਹੈਗਾ ਇੰਡੀਆਨਾ ਸਟੇਟ ਬਹੁਤ ਅੱਛੀ ਸਟੇਟ ਹੈ ਸਾਡੀ ਇਹ ਅਪਗਰੋਇੰਗ ਸਟੇਟ ਹੈਗੀ ਇੱਥੇ ਦੀ ਗਵਰਨਮੈਂਟ ਬਹੁਤ ਵਧੀਆ ਹੈਗੀ ਤੁਸੀਂ ਕੋਈ ਬਿਜ਼ਨਸ ਉਰੇ ਕਰਨਾ ਹੈਗਾ ਇੱਥੇ ਦੀ ਇਕਨੋਮਿਕਲ ਡਿਪਾਰਟਮੈਂਟ ਇੰਡੀਆਨਾ ਦੇਖਣੋਂ ਡਿਪਾਰਟਮੈਂਟ ਤੁਸੀਂ ਮਿਲੋ ਤੁਹਾਨੂੰ ਪਰਸਨਲੀ ਅਟੈਂਡ ਕਰਨਗੇ ਕੋਈ ਰਿਸ਼ਤੇਦਾਰੀ ਜ਼ਰੂਰਤ ਨਹੀਂ ਜਾਣਕਾਰੀ ਜ਼ਰੂਰਤ ਨਹੀਂ ਤੁਸੀਂ ਉਹਨਾਂ ਨੂੰ ਕਾਲ ਕਰੋ ਉਹ ਤੁਹਾਨੂੰ ਮਿਲ ਕੇ ਬੈਠ ਕੇ ਤੁਹਾਡਾ ਪ੍ਰੋਜੈਕਟ ਹੈ ਤੁਹਾਨੂੰ ਉਹ ਹੈਲਪ ਕਰਨਗੇ ਉਹ ਬਿਸ਼ੋਰ ਟੈਕਸਿਸ ਚ ਕਰਨ ਜਾਂ ਤੁਹਾਨੂੰ ਵੈਸੇ ਫੰਡਿੰਗ ਕਰਨ ਬਹੁਤ ਫੰਡਿੰਗ ਆ ਜਾਂਦੀ ਹੈ ਛੋਟੇ ਬਿਜ਼ਨਸਿਸ ਨੂੰ ਸਟਾਰਟ ਕਰਨ ਵਾਸਤੇ ਤੇ ਇਨਫੈਕਟ ਆਪਣਾ ਗਵਰਨਰ ਵੀ ਬਹੁਤ ਅੱਛਾ ਆਦਮੀ ਹੈਗਾ ਹੈਗਾ ਉਹ ਵੀ ਕਹਿੰਦੇ ਆ ਵੀ ਇੱਥੇ ਡਾਈਵਰਸਿਟੀ ਆਵੇ ਇੱਥੇ ਮੈਨੋਰਟੀਜ਼ ਆਉਣ ਇੱਥੇ ਈਸਟ ਇੰਡੀਆ ਨਾਨ ਉਹਨਾਂ ਨੂੰ ਬਹੁਤ ਪਸੰਦ ਕਰਦਾ ਹੈਗਾ ਉਹ ਕਹਿੰਦਾ ਵੀ ਆਓ ਬਿਜ਼ਨਸ ਕਰੋ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਅਸੀਂ ਤੁਹਾਡੀ ਹੈਲਪ ਕਰਾਂਗੇ ਬੇਸ਼ੱਕ ਉਹ ਫਿਲਮ ਇੰਡਸਟਰੀ ਚ ਹੈ ਬਹੁਤ ਅੱਛਾ ਟਾਈਮ ਹੈ ਇੰਡੀਆਨਾ ਦੇ ਵਿੱਚ ਫਿਲਮ ਇੰਡਸਟਰੀ ਚ ਆਉਣ ਵਾਸਤੇ ਬਹੁਤ ਹੀ ਵਧੀਆ ਟਾਈਮ ਹੈ ਕਿਆ ਕਿਆ ਬਾਤ ਹੈ ਔਰ ਤਾਂ ਹੀ ਮੈਂ ਵੀ ਕਹੀ ਨਾ ਦੇਖੀ ਜene ਜੇ ਪਤਾ ਕਈ ਬੰਦੇ ਇੱਥੇ ਮਿਲੇ ਇੰਡੀਅਨ ਨੇਪਟਸ ਦੇ ਵਿੱਚ ਇੰਡੀਆਨਾ ਦੇ ਵਿੱਚ ਵੀ ਜਿਹੜੇ ਕਿਤੇ ਜੇ ਸੈਕਰਾਮੈਂਟੋ ਆਏ ਆ ਸੈਕਰਾਮੈਂਟੋ ਤੋਂ ਮੂਵ ਹੋਏ ਆ ਕੋਈ ਨਿਊਯਾਰਕ ਤੋਂ ਮੂਵ ਹੋਏ ਆ ਸੋ ਇੰਡੀਆਨਾ ਦੇ ਵਿੱਚ ਲੋਕ ਧੜਾ ਧੜ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਕਾਫੀ ਮੂਵ ਹੋ ਰਹੇ ਨੇ ਬਹੁਤ ਜ਼ਿਆਦਾ ਲਈ ਕਾਰਨ ਹੈਗਾ ਕਿ ਇੱਧਰ ਸਹੂਲਤਾ ਜ਼ਿਆਦਾ ਸਹੂਲਤਾ ਬਹੁਤ ਹੈ ਸਹੂਲਤਾ ਦੇਖੋ ਜੀ ਹਰੇਕ ਸਟੇਟ 'ਚ ਹੀ ਹੁੰਦੀ ਹੈਗੀਆ ਉਹਨਾਂ ਦੇ ਗਵਰਨਿੰਗ ਬਾਡੀਜ਼ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਹੈਲਪ ਕਰਨ ਚਾਹਦੇ ਆ ਕਿੰਨੀ ਹੈਲਪ ਕਰਨਾ ਚਾਹੁੰਦੇ ਆ ਤੇ ਕਿਦੀ ਕਰਨਾ ਚਾਹੁੰਦੇ ਆ রাইਟ ਹੁਣ ਇੱਥੇ ਮਿਕਸ ਕਲਚਰ ਬਹੁਤ ਆ ਰਿਹਾ ਹੈਗਾ ਜਿਹੜੇ ਇੱਥੇ ਦੇ ਗਵਰਨਰ ਜਾਂ ਇੱਥੇ ਦੇ ਅਫੀਸ਼ੀਅਲਸ ਹੈ ਉਹਨਾਂ ਦੀ ਮੈਂਟੈਲਿਟੀ ਹੈ ਵੀ ਆਪਾਂ ਕੈਲੀਫੋਰਨੀਆ ਨੂੰ ਪਿੱਛੇ ਛੱਡਣਾ ਹੈ ਹਮ ਅੱਛਾ ਤੇ ਇੰਡੀਆਨਾ ਸਾਨੂੰ ਵੀ ਲੱਗਦਾ ਇੱਥੇ ਮੂਵ ਹੋਣਾ ਪਊ ਜੀ ਬਹੁਤ ਅੱਛੀ ਹੈ ਜੀ ਬਹੁਤ ਅੱਛੀ ਹੈ ਤੇ ਇੱਥੇ ਦੇ ਇਵਨ ਤੋਂ ਆਪਣੇ ਇੰਡੀਅਨ ਜਿਵੇਂ ਹੈਗੇ ਜਿਵੇਂ ਕੈਲੀਫੋਰਨੀਆ ਨਿਊਯਾਰਕ ਜਿਵੇਂ ਤੁਸੀਂ ਕਿਹਾ ਹੁਣ ਜਗ੍ਹੀ ਭਾਜੀ ਉਹ ਇੱਥੇ ਆ ਰਹੇ ਆ ਉੱਥੋਂ ਉੱਥੋਂ 7-8 ਲੱਖ ਦਾ ਘਰ ਵੇਚ ਕੇ ਆਣਗੇ ਠੀਕ ਹੈ ਜੀ ਇੱਥੇ 4 ਲੱਖ ਦਾ ਘਰ ਰਾਈਟ ਵੇ ওভার 4 ਲੱਖ ਦਾ ਬਿਜ਼ਨਸ ওভার ਬਿਲਕੁਲ 4 ਲੱਖ ਦਾ ਉਹ 3 ਲੱਖ ਕੈਸ਼ ਦੇ ਕੇ ਫਿਊ ਸਟੇਸ਼ਨ ਲਈ ਜਾਂਦੇ ਕੋਈ ਬਿਜ਼ਨਸ ਨਹੀਂ ਹੈਗਾ ਜਿਹੜਾ ਆਪਣਾ ਬੰਦਾ ਨਹੀਂ ਖਰੀਦ ਰਿਹਾ ਬਿਲਕੁਲ ਜੀ ਕਈ ਕਈ ਬਿਜ਼ਨਸ ਕਰ ਰਹੇ ਨੇ ਇੱਥੇ ਕਈ ਬਿਜ਼ਨਸ ਕਰ ਰਹੇ ওভার ਆਸਕਿੰਗ ਪ੍ਰਾਈਸ ਵੀ ਦੇ ਰਹੇ ਆ ਵੀ ਅਸੀਂ ਲੈਣਾ ਹੈ ਗੱਲ ਖਤਮ ਕਿੰਨੇ ਲੈਣੇ ਪੈਸੇ ਦਿਸ ਇਜ਼ ਹਾਊ ਦੇ ਆਰ ਡੂਇੰਗ ਦਾ ਬਿਜ਼ਨਸ ਜੀ ਤੇ ਜਰੂਰ ਬਹੁਤ ਵਧੀਆ ਗੱਲ ਹੈ ਤੇ ਮੈਂ ਜਰੂਰ ਚਾਹਾਂਗਾ ਕਿ ਇਹ ਦੇ ਵਿੱਚ ਸਭਾ ਵੀ ਆਪਣਾ ਤਕਰੀਬਨ ਖਤਮ ਹੋਣ ਵਾਲਾ ਤੇ ਚੱਕਰ ਲੱਗਦਾ ਰਹਿੰਦਾ ਪਿੰਡ ਫਿਰ ਤੁਹਾਡਾ ਹਰ ਇੱਕ ਸਾਲ ਜਾਂਦਾ ਜੀ ਮੈਂ ਜਾਂਨੇ ਉਪਰ ਹਾਂਜੀ ਹਰ ਇੱਕ ਸਾਲ ਜਾਂਦਾ ਤੇ ਜਿਹੜੇ ਥੋੜਾ ਜਿਆ ਜ਼ਰੂਰ ਮੈਂ ਜਾਨਣਾ ਚਾਹਾਂਗਾ ਇੱਕ ਬੜੀ ਵਧੀਆ ਗੱਲ ਹੋਈ ਜਦੋਂ ਕਿਤੇ ਵੀ ਜਦੋਂ ਕੋਵਿਡ ਆਇਆ ਕੋਵਿਡ ਨੇ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਤੇ ਉੱਥੇ ਉਹਦੇ ਬਹੁਤ ਜ਼ਿਆਦਾ ਫਾਇਦੇ ਵੀ ਹੋਏ ਆ ਸਾਨੂੰ ਬੜਾ ਕੁਝ ਸਿਖਾਇਆ ਇਹਨੇ ਜੀ ਤੇ ਇਦਾਂ ਹੀ ਜਿਵੇਂ ਕਿਸਾਨਾਂ ਦਾ ਅੰਦੋਲਨ ਹੁਣ ਚੱਲ ਰਿਹਾ ਜਿੱਥੇ ਉਹਦੇ ਬਹੁਤ ਨੁਕਸਾਨ ਹੋਏ ਨੇ ਜਾਨਾਂਗੇ ਇਹਨਾਂ ਨੂੰ ਉੱਥੇ ਇੱਕ ਬਹੁਤ ਵੱਡਾ ਫਾਇਦਾ ਆਇਆ ਹੋਇਆ ਆਪਸੀ ਪਿਆਰ ਬੜਾ ਵਧਿਆ ਬਿਲਕੁਲ ਵਧਿਆ ਆਸ ਤੋਂਰ ਤੇ ਹ ਤੇ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਇਹ ਅੱਗੇ ਰਹੇਗਾ ਜਾਂ ਮਤਲਬ ਅੰਦোলন ਖਤਮ ਹੋਇਆ ਤਾਂ ਫਿਰ ਡਾਂਗਾ ਚੱਕ ਲੂਗੇ ਇਹ ਕਿਤੋਂ ਪਾਣੀ ਮੇਰਾ ਲੈ ਲੈ ਤੇ ਮੈਂ ਤੇਰਾ ਪਾਣੀ ਲੈ ਲੈ ਸ਼ੁਰੂ ਹੋ ਜੂ ਦੇਖੋ ਇਹ ਜਿਹੜੇ ਆਪਣੇ ਇੰਡੀਆ ਦੇ ਵਿੱਚ ਹੈਗਾ ਇਸ ਚੀਜ਼ ਦਾ ਰੋਲ ਹੈ ਇਹ ਪੋਲੀਟੀਸ਼ੀਅਨਸ ਦੇ ਉੱਤੇ ਹੈ ਤੇ ਉਹ ਮੈਨਿਪੂਲੇਟ ਕਰ ਲੈਂਦੇ ਆਪਣੇ ਲੋਕਾਂ ਨੂੰ ਆਪਣੇ ਲੋਕ ਵੀ ਹੈਗੇ ਜਿਹੜੇ ਪਿੱਛੇ ਲੱਗ ਜਾਂਦੇ ਹੈਗੇ ਠੀਕ ਹੈ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਹੀ ਫਰਕ ਹੈ ਐਜੂਕੇਟਿਡ ਹੈਗੇ ਆ ਉਹ ਇਹ ਨਹੀਂ ਕਹਿੰਦਾ ਕਿ ਪਹਿਲਾ ਵਾਲੇ ਨਹੀਂ ਸੀ ਪਹਿਲਾ ਵਾਲਿਆਂ ਦੇ ਵਿੱਚ ਇਮੋਸ਼ਨਲ ਜ਼ਿਆਦਾ ਸੀ ਇਮੋਸ਼ਨ ਜ਼ਿਆਦਾ ਸੀ ਹੁਣ ਵਾਲੇ ਜਿਹੜੇ ਹੈਗੇ ਆ ਥੋੜੇ ਮਨੀ ਮਾਈਂਡਡ ਵੀ ਹੈਗੇ ਆ ਤੇ ਉਹ ਥੋੜੇ ਇਮੋਸ਼ਨ ਨੂੰ ਪਿੱਛੇ ਰੱਖ ਕੇ ਪ੍ਰੈਕਟੀਕਲ ਤਰੀਜਾ ਨੂੰ ਅੱਗੇ ਲੈ ਕੇ ਜਾਂਦੇ ਤਾਂ ਆਪਾਂ ਹੀ ਨਹੀਂ ਕਹਿੰਦੇ ਕਿ ਜਿਵੇਂ ਹੁਣ ਪਿਆਰ ਬਣਿਆ ਐ ਬਣਿਆ ਰਹੂਗਾ ਉਹ ਤਾਂ ਹੋਣਾ ਨਹੀਂ ਹੈਗਾ ਕਿਉਂਕਿ ਅਲਟੀਮੇਟਲੀ ਪੋਲਿਟਿਕਸ ਬਹੁਤ ਜ਼ਿਆਦਾ ਕੋਈ ਵੀ ਕੰਮ ਖਰਾਬ ਕਰਨਾ ਜਾਂ ਕੋਈ ਪੰਗਾ ਪਾਉਣਾ ਤਾਂ ਪੋਲਿਟਿਸ਼ਨਰ ਨਹੀਂ ਪਾਉਣਾ ਜੀ ਜਦੋਂ ਉਹਨਾਂ ਨੂੰ ਜਿਸ ਚੀਜ਼ ਚ ਫਾਇਦਾ ਲੱਗਦਾ ਹੈ ਉਹ ਉਹ ਕਰ ਦੇਣਾ ਚਲੋ ਅਸੀਂ ਅਰਦਾਸ ਕਰਦੇ ਦੁਆ ਕਰਦੇ ਜੀ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਤੇ ਅਖੀਰ ਦੇ ਵਿੱਚ ਇੱਕ ਵਾਰੀ ਟਰਕਿੰਗ ਇੰਡਸਟਰੀ ਨਾਲ ਸੰਬੰਧਤ ਜ਼ਰੂਰ ਮੈਂ ਚਾਹਣਾ ਕੋਈ ਟਿਪ ਸਾਡੇ ਦਰਸ਼ਕਾਂ ਨੂੰ ਦਿਓ ਜਿਹੜੇ ਇਸ ਲਾਈਨ ਦੇ ਵਿੱਚ ਹੈਗੇ ਨੇ ਤੇ ਜਾਂ ਫਿਰ ਜਿਹੜੇ ਇਸ ਲਾਈਨ ਚ ਆਉਣਾ ਚਾਹੁੰਦੇ ਨੇ ਜਿਹੜੇ ਵੀ ਨਵੇਂ ਆਣਾ ਚਾਹੁੰਦੇ ਆ ਇਹ ਦੀ ਬੈਸਟ ਟਾਈਮ ਹੈ ਟਰਕਿੰਗ ਚਾਣ ਦਾ ਜੋ ਮੈਂ ਆਪਦੇ ਕਰੀਅਰ ਚ ਦੇਖਿਆ ਕਿ ਇਨਫੈਕਟ ਜੋ ਮੈਂ ਸੁਣਿਆ ਵੀ ਹੈਗਾ ਅ ਲਾਇਸੈਂਸ ਲੋ ਸਹੀ ਤਰੀਕੇ ਨਾਲ ਲੀਗਲ ਤਰੀਕੇ ਨਾਲ ਮਿਹਨਤ ਕਰਕੇ ਪੜ ਕੇ ਟਰੱਕ ਚਲਾ ਕੇ ਸਿੱਖ ਕੇ ਲਾਇਸੈਂਸ ਲੋ ਹਮ ਠੀਕ ਹੈ ਜੀ ਦੂਜੀ ਗੱਲ ਲਾਇਸੈਂਸ ਲੈਣ ਤੋਂ ਬਾਅਦ ਕਿਸੇ ਐਕਸਪੀਰੀਅੰਸ ਡਰਾਈਵਰ ਦੇ ਨਾਲ ਮਿਲ ਕੇ ਉਹਦੀ ਟ੍ਰੇਨਿੰਗ ਲੋ ਟਰੱਕ ਕਿਵੇਂ ਚਲਾਣਾ ਹੈਗਾ ਰਾਈਟ ਆਪਦੇ ਓਨਰ ਦੇ ਨਾਲ ਓਨਸਟ ਰੋ ਝੂਠ ਨਾ ਬੋਲੋ ਜੇ ਤੁਸੀਂ ਝੂਠ ਬੋਲੋਗੇ ਤਾਂ ਉਹ ਵੀ ਤੁਹਾਨੂੰ ਝੂਠ ਬੋਲੂਗਾ ਇਹ ਬਾਟਮ ਲਾਈਨ ਹੈਗੀ ਆ ਉਹਦੀ ਟੇਕ ਕੇਅਰ ਕਰੋ ਉਹਦੇ ਟਰੱਕ ਦੀ ਟੇਕ ਕੇਅਰ ਕਰੋ ਇਹ ਤਾਂ ਹੈਗਾ ਨਵੇਂ ਆ ਵਾਸਤੇ ਜੀ ਤੇ ਦੂਜੀ ਗੱਲ ਹੈ ਜਦੋਂ ਵੀ ਨਵੇਂ ਚਲਾਉਣ ਲੱਗਣ ਲੀਸਟ ਘੱਟ ਤੋਂ ਘੱਟ ਮੇਰੀ ਸਜੈਸ਼ਨ ਤੁਹਾਨੂੰ ਹੈਗੀ ਹੈ ਘੱਟ ਤੋਂ ਘੱਟ 2 ਸਾਲ ਟਰੱਕ ਚਲਾਓ ਕਿਸੇ ਵਾਸਤੇ ਜੀ ਠੀਕ ਹੈ ਨਹੀਂ ਉਹਨੂੰ ਬਿਜ਼ਨਸ ਨੂੰ ਸਮਝੋ ਇੰਡਸਟਰੀ ਨੂੰ ਸਮਝੋ ਉਹ ਤੋਂ ਬਾਅਦ ਆਪ ਦਾ ਟਰੱਕ ਲਓ ਤੇ ਆਪਦੀ ਕਰੀਅਰ ਸ਼ੁਰੂ ਕਰੋ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ ਸੇਵਿੰਗ ਕਰੋ ਉਸ ਤੋਂ ਬਾਅਦ ਕੰਮ ਸ਼ੁਰੂ ਕਰੋ ਠੀਕ ਹੈ ਜਿਹੜੇ ਆਲਰੇਡੀ ਰਨਿੰਗ ਹੈਗੇ ਆ ਜੀ ਉਹਨਾਂ ਨੂੰ ਇੱਕ ਰਿਕੁਐਸਟ ਕਰੂੰਗਾ ਪਲੀਜ਼ ਆਪਦੀ ਲੌਗ ਬੁੱਕ ਤੇ ਦੋ ਦੋ ਆਈ ਡੀਜ਼ ਬਣਾ ਕੇ ਡਰਾਈਵਰਸ ਨੂੰ ਨਾ ਦੋ ਪਲੀਜ਼ ਹੁਣ ایਆਰਡੀ ਤੇ ਵੀ ਇਦਾਂ ਹੋ ਜਾਂਦਾ ਹੁੰਦਾ ਜੀ ਕਰਦੇ ਆ ਆਪਣੇ ਬਹੁਤ ਆ ਮੇਰੇ ਕੋਲ ਰੈਗੂਲਰ ਕੰਪਲੇਂਟ ਸਾਰੀਆਂ ਕੰਪਨੀਆਂ ਦੇ ਨਾਮ ਦੇ ਨਾਲ ਵੀ ਆ ਕੰਪਨੀਆਂ ਐ ਕਰਦੀਆਂ 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 ਮੈਂ ਉਹਨਾਂ ਨੂੰ ਕਹਿੰਦਾ ਜੀ ਡੀਓਟੀ ਦਾ ਨੰਬਰ ਆ ਹੈ ਕਾਲ ਕਰੋ ਤੇ ਉਹਨਾਂ ਨੂੰ ਕੰਪਲੇਂਟ ਕਰੋ ਇਹਨਾਂ ਦਾ ਆਡਿਟ ਆਪਣੇ ਆ ਪਾਊਗਾ ਜੀ ਰਾਈਟ ਜਿਹੜੇ ਸਹੀ ਸਟੈਪਸ ਹੈਗੇ ਹੈਗੇ ਉਹਨੂੰ ਫਾਲੋ ਕਰੋ ਪਲੀਜ਼ ਆਪਦੇ ਡਰਾਈਵਰ ਦੀ ਕੇਅਰ ਕਰੋ ਡਰਾਈਵਰ ਨੂੰ ਟਾਈਮ ਨਾਲ ਪੇ ਦੋ ਜੀ ਉਹਨਾਂ ਦੇ ਪੈਸੇ ਰੋਕੋ ਨਾ ਉਹ ਵਿਚਾਰੇ ਬਹੁਤ ਮਿਹਨਤ ਨਾਲ ਕੰਮ ਕਰਦੇ ਹੈਗੇ ਕਮਾਂਦੇ ਆ ਉਹਨਾਂ ਨੂੰ ਜਰੂਰ ਦੋ ਜੀ ਜੀ ਬਹੁਤ ਤੁਹਾਡਾ ਧੰਨਵਾਦ ਬਹੁਤ ਵਧੀਆ ਗੱਲਾਂ ਹੋਈਆਂ ਆਪਾਂ ਲੰਬਾ ਸਮਾਂ ਫਿਰ ਵੀ ਅੱਗੇ ਗੱਲਬਾਤ ਕਰਦੇ ਰਵਾਂਗੇ ਬੇਸ਼ੱਕ ਅਸੀਂ ਸਟੂਡੀਓ 'ਚ ਤੁਹਾਡਾ ਨਾ ਸੰਪਰਕ ਕਰੀਏ ਜਿੱਥੇ ਸਕਾਈਪ ਤੇ ਵੀ ਅਸੀਂ ਗੱਲ ਕਰ ਸਕਦੇ ਹਾਂ ਜਰੂਰ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਬਹੁਤ ਵਧੀਆ ਜਾਣਕਾਰੀ ਹਸਬੋ ਥੈਂਕ ਯੂ ਤੁਹਾਡਾ ਬਹੁਤ ਸਾਰਾ ਇਕਰ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਸਿਧਾਰਥ ਮਹਾਂਤ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਫਿਰ ਵੀ ਤੁਸੀਂ ਇਹਨਾਂ ਕੋਈ ਜਾਣਕਾਰੀ ਚਾਹੁੰਦੇ ਹੋ ਜਿਵੇਂ ਇਹਨਾਂ ਨੇ ਸਰ ਕੋਈ ਦੱਸਿਆ ਇ ਕਾਲ ਕਰ ਸਕਦੇ ਹੋ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁਕ ਟਵਿੱਟਰ ਤੋਂ ਇਲਾਵਾ ਮੈਂ WhatsApp ਨੰਬਰ ਮੇਰਾ ਸੈੱਲ ਨੰਬਰ 209450338 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਦਾਰਤਬੰਦ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ